ਚਿੜੀ ਸੈਨਾ ਵੀਰ ਕਲੀ ਲੈ ਕੇ ਆ ਰਹੇ ਗਰਾਊਂਡ ਵਿੱਚ, ਚਿੜੀ ਸੈਨਾ ਵੀਰ ਕਲੀ ਦੀ ਸੇਵਾ ਲੈ ਕੇ ਖੇਡ ਦੇ ਮੈਦਾਨ ਚ ਆ ਰਹੇ ਕਾਕੇ ਵੀਰ। ਔਰ ਸਾਡਾ ਵੀ ਦੀਪਾ ਜਿਹਨੇ 500 ਰੁਪਈਆ ਸਾਰੀ ਟੀਮ ਦਾ ਮਾਨ ਕੀਤਾ। ਵਰਦੀਆਂ ਵੀ ਸਾਰੇ ਬਾਹਰ ਹੋਣਗੇ। ਔਰ ਕਬੱਡੀ ਟੀਮ ਦੀ ਕਬੱਡੀ ਦੇ ਸਾਹਮਣੇ ਟੱਚ ਲੱਗਾ ਜਮੀ, ਇਹ ਪਾਲ ਸਿੰਘ ਜੀ ਦਾ ਇਸ਼ਾਰਾ ਹੈ। ਬਾਅਦ ਹੀ ਸਾਡੇ ਸਤਿਕਾਰਯੋਗ ਸਰਦਾਰ ਜਸਵੀਰ ਸਿੰਘ ਸ਼ੀਰਾ ਜੀ ਸਾਡੇ ਕੋਲ ਚੋਚੇ ਦਾਰ ਦੇ ਬੱਚੇ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਜਸਵੀਰ ਸਿੰਘ ਸ਼ੀਰਾ 27 ਤੇ 28 ਫਰਵਰੀ ਦੀਆਂ ਤਰੀਕਾਂ ਸਰਹਾਲਾ ਰਣੂਆ ਦੇ ਕਬੱਡੀ ਕੱਪ ਦੀਆਂ ਨੇ, ਜਿੱਥੇ ਬਹਿਸ ਤਾਵੀ ਤੇ ਦਾਫੀ ਨੂੰ ਮੋਟਰਸਾਈਕਲ ਦਿੱਤੇ ਜਾਣਗੇ। 27 ਤੇ 28 ਫਰਵਰੀ ਦੀਆਂ ਤਰੀਕਾਂ ਸਰਹਾਲਾ ਰਣੂਆ ਦੇ ਕਬੱਡੀ ਕੱਪ ਦੀਆਂ ਤਰੀਕਾਂ ਨੇ। ਸੋਨੂੰ ਹੁੰਦਲ ਟੱਡਿਆਂ ਦਾ ਅਗਲੀ ਕਬੱਡੀ ਪਾਵੇਗਾ ਆਪਣੀ ਟੀਮ ਦੇ ਵੱਲੋਂ। ਤਰਸੇਮ ਸਿੰਘ 62 UK ਹਰ ਦੋ ਫਰਾਲਾ ਵਾਲੇ 1000 ਰੁਪਈਆ ਨਕੋਦਰ ਦੀ ਟੀਮ ਦਾ ਮਾਣ ਭੇਜਦੇ ਹੋਏ ਬਹੁਤ ਬਹੁਤ ਧੰਨਵਾਦ। ਤਰਸੇਮ ਸਿੰਘ 62 UK ਹਰ ਦੋ ਫਰਾਲਾ 1000 ਰੁਪਈਆ ਨਕੋਦਰ ਦੀ ਟੀਮ ਦਾ ਮਾਣ ਭੇਜਦੇ ਹੋਏ ਬਹੁਤ ਬਹੁਤ ਧੰਨਵਾਦ ਹੈ। ਕਹਿੰਦੇ ਵੀ ਜੇ ਆਪਾਂ ਮਾਣ ਇਸ ਵਿਲੁੱਧ ਟੀਮ ਦਾ ਕੀਤਾ, ਮਾਣ ਨਕੋਦਰ ਦੇ ਖਿਡਾਰੀਆਂ ਦਾ ਕਰਨਾ, ਕਿਉਂਕਿ ਦੋਨੋਂ ਟੀਮਾਂ ਬਰਾਬਰ ਦੀ ਹੈ, ਬਰਾਬਰ ਦੇ ਖੇਡ ਦੇ ਖਿਡਾਰੀ। ਔਰ ਪੂਰਾ ਜ਼ੋਰ ਲਾਇਆ ਜਾ ਰਿਹਾ, 31000 ਰੁਪਈਆ ਲੱਗਾ ਹੈ ਮੈਚ ਤੇ, 31000 ਦੀ ਹੱਕਦਾਰ ਕੌਣ ਬਣਦੀ ਹੈ ਇਹ ਸਮੇਂ ਨੇ ਦੱਸਣਾ। ਲੈ ਸਮੇਂ ਦੀਆਂ ਬਾਤਾਂ, ਸਿਰੇ ਦੀਆਂ ਟੱਕਰਾਂ, ਅੰਮ੍ਰਿਤਪਾਲ ਕਾਰੀ ਸਾਰੀ ਦਾ, ਮਾਨੀ ਪੇਟਾਂ ਦਾ ਲੱਤ ਟੱਚ ਲੱਗ ਚੁੱਕਿਆ। ਹੁਣ ਤੱਕ ਦੇ ਵੀ ਨਾਜ਼ਮਨ ਕਰਦਾ ਹੈ ਯਤਨ ਤੇ ਕਾਮਯਾਬ ਹੋ ਗਿਆ ਨੰਬਰ ਜਾਫੀ ਦਾ। ਅਗਲੇ ਮੈਚ ਦੀ ਟੀਮਾਂ ਮਾਲੀ ਏ ਤੇ ਮਾਲੀ ਬੀ ਤਿਆਰ ਹੋ ਜਾਣ। ਮਾਲੀ ਏ ਤੇ ਮਾਲੀ ਬੀ ਅਗਲੇ ਮੈਚ ਦੇ ਵਾਸਤੇ ਇਹ ਟੀਮਾਂ ਜਿਹੜੀਆਂ ਤਿਆਰ ਰਹਿਣਗੀਆਂ। ਉਹਦੇ ਸਾਹਮਣੇ ਰਵੀ ਦੀ ਕਬੱਡੀ, ਆ ਸ਼ਕਤੀਮਾਨ ਸਿੰਘਵਾਲ ਵਾਲੇ ਨੇ ਲਾ ਜਫਾ, ਆ ਸੁੱਖੇ ਤੱਕ ਵੀ ਸੁੱਖਾ ਮੈਂਬਰ ਪੰਚਾਇਤ, ਮੰਗਾ ਸਾਡਾ ਵੀ ਟਿੱਲੋ ਸਾਹਿਬ, ਮੰਗਾ ਟਿੱਲੋ ਦੀਪਾ ਕੋਚ, ਔਰ ਵੱਡੇ ਮਾਨ ਜੀਤਾ UK। ਸ਼ਕਤੀਮਾਨ ਦੇ ਵਾਸਤੇ ਮੰਗਾ ਟਿੱਲੋ ਦੀ ਸਾਰ ਵੀ ਮਾਨ ਕਰਦੇ ਹੋਏ ਬਹੁਤ ਬਹੁਤ ਧੰਨਵਾਦ ਹੈ। ਸਾਰ ਵੀ ਮੇਰੇ ਬੋਲਣ ਦਾ ਮਾਨ ਕਰਦੇ ਹੈ, ਬਹੁਤ ਬਹੁਤ ਧੰਨਵਾਦ ਸ਼ਕਤੀਮਾਨ। ਆ ਜੰਡ ਕੁਝ ਫੜ ਵੀ ਸਾਰ ਵੀ ਔਰ ਇੱਧਰ ਕਬੱਡੀ ਉੱਤੇ ਫਿਰ ਜਫਾ, ਨਾਨੀ ਪੇਟਾਂ ਦਾ ਲਾ ਕੇ ਨੰਬਰ ਜੋੜਿਆ ਟੀਮ ਦੇ ਵਾਸਤੇ। ਔਰ ਇੱਧਰ ਖੇਡ ਦੇ ਮੈਦਾਨ ਚ ਫਿਰ ਤਾਜ਼ਾ ਕਾਰੇ ਸਿੰਘਾਂ ਦਾ, ਮਾਲੀ ਏ ਮਾਲੀ ਬੀ ਅਗਲੇ ਮੈਚ ਦੀ ਟੀਮਾਂ ਹੋਣਗੀਆਂ। ਮਾਲੀ ਏ ਤੇ ਮਾਲੀ ਬੀ ਤਿਆਰ ਹੋ ਕੇ ਗਰਾਊਂਡ ਵਿੱਚ ਆ ਜਾਣਾ। ਜੰਡ ਕੁਝ ਵੀ ਸਾਰ ਵੀ ਸ਼ਕਤੀਮਾਨ ਦਾ ਮੇਰੇ ਕੋਲੇ ਲੈ ਜਾਣਾ। ਇੱਧਰ ਤਾਜ਼ਾ ਦੀ ਕਬੱਡੀ ਉੱਤੇ ਫਿਰ ਡਬਲ ਟੱਚ ਹੁੰਦਾ ਹੈ ਨੰਬਰ ਫਿਰ ਧਾਵੀ ਦਾ, ਪਾਲ ਸਿੰਘ ਹੁੰਗੜਾ ਸਾਹਿਬ ਇਸ਼ਾਰਾ ਕਰਦੇ ਹੋਏ। ਸ਼ਰਨਾ ਇਸ ਸਮੇਂ ਬਨਵਾਲੀਪੁਰ ਵਾਲਾ ਖੇਡ ਦੇ ਮੈਦਾਨ ਚ ਅਗਲੀ ਕਬੱਡੀ ਪਾਵੇਗਾ ਆਪਣੀ ਟੀਮ ਦੇ ਵੱਲੋਂ। ਜੀਤਾ ਸਾਡਾ ਵੀ UK ਔਰ ਗੁਰਦੀਪ ਸਿੰਘ ਦੀਪਾ UK ਸਾਬਕਾ ਕਬੱਡੀ ਖਿਡਾਰੀ ਵੱਡੇ ਮਾਣ ਭੇਜਦੇ ਹੋਏ ਬਹੁਤ ਬਹੁਤ ਧੰਨਵਾਦ। ਇੱਧਰ ਕਬੱਡੀ ਬਾਬਾ UK ਵੱਲੋਂ ਵੀ ਵੱਡਾ ਮਾਣ ਕੀਤਾ ਗਿਆ। ਸ਼ਰਨੇ ਦੀ ਕਬੱਡੀ ਉੱਤੇ ਕਾਲਵਾਂ ਦਾ ਭਲਵਾਨ ਬੱਲੇ ਬੱਲੇ ਕਰਾਊਗਾ, ਮਾਨੀ ਪੇਟਾਂ ਦਾ ਲਾ ਹਰਵਿੰਦਰ ਸਿੰਘ ਭਲਵਾਨ ਕਾਲਵਾਂ ਦੀ ਧਰਤੀ ਦਾ। ਕਹਿੰਦੇ ਵੀ ਤੱਕੜ ਜਾਹੀ ਹੈ, ਔਰ ਕਹਿੰਦੇ ਵੀ ਜਦੋਂ ਚੱਟ ਦੇ ਵਿੱਚ ਆ ਜਾਂਦਾ ਨਾਜ਼ਮਨ ਕੱਤੀ ਛੱਡਦਾ ਹੈ। ਔਰ ਖੇਡ ਦੇ ਮੈਦਾਨ ਵਿੱਚ ਮਾਲੀ ਏ ਮਾਲੀ ਬੀ ਦੂਜਾ ਸੈਮੀਫਾਈਨਲ ਮੈਚ ਖੇਡਣ ਦੇ ਵਾਸਤੇ ਇਹ ਆ ਜਾਣਾ। ਮਾਲੀ ਏ ਮਾਲੀ ਬੀ ਨਾਨਕ ਸਿੰਘ ਜੀ ਹਰ ਜਫੇ ਦਾ ਕਾਲਮ ਦੇ ਭਲਵਾਨ ਦੇ ਵਾਸਤੇ 200 ਰੁਪਈਆ ਤੇ ਸੁੱਖੇ ਪਨਾਲ ਦੇ ਹਰ ਜਫੇ ਤੇ 200 ਰੁਪਈਆ ਭੇਜਣਗੇ। ਇੱਧਰ ਕਬੱਡੀ ਆਰ ਇੱਧਰ ਭੀਮ ਨਾਜਵਨ ਤੱਕ ਪਹੁੰਚਣ ਦੇ ਲਈ ਨਾਜਵਨ ਤੀਰਥ ਕੋਸ਼ਿਸ਼ ਕਰਦਾ ਸੀ, ਨਹੀਂ ਕਾਮਯਾਬ ਹੋਇਆ। ਬਲਵਿੰਦਰ ਸਿੰਘ ਕਬੱਡੀ ਪਾ ਰਿਹਾ, ਕਾਲੇ ਸਿੰਘਾਂ ਦੀ ਧਰਤੀ ਦਾ ਬਲਵਿੰਦਰ ਚਾਰ ਜਾਫੀ ਹੈ, ਹੁਣ ਕੌਣ ਜਫਾ ਲਾਊਗਾ ਇਹ ਆਪਾਂ ਸਾਹਮਣੇ ਤੱਕਣਾ। ਮੈਦਾਨ ਦੇ ਚਮਾਨੀ ਪੇਟਾਂ ਦਾ ਲੱਭਾ ਰਸੂਲਪੁਰ ਦਾ ਪਿਆਰਾ ਬਲੇਲ ਖਾਨਪੁਰ ਦਾ ਦਿਸ਼ਾ ਆਲੋਵਾਲ ਦਾ ਦਿਸ਼ਾ ਨਾਜਵਾਨ ਆਰ ਇੱਧਰ ਦਿਸ਼ਾ ਆਲੋਵਾਲੀ ਆ ਵੱਡੇ ਤਜਰਬੇ ਦੇ ਨਾਲ ਨਾਜਵਾਨ ਖੇਡ ਦਾ ਬਰਨੀ ਕਾਬਿਲ ਹੋਇਆ ਨੰਬਰ ਰਿਡਰ ਦਾ ਨੰਬਰ ਧਾਵੀ ਦਾ। ਚੱਲ ਵੀ ਸੋਨੂ ਸਿਆ ਪਾ ਕਬੱਡੀ ਗੱਭਰੂ ਆ, ਸੋਨੂੰ ਹੁੰਗਲ ਟੱਡਿਆਂ ਦਾ ਇਸ ਸਾਲ ਹੁੰਗਲ ਟੱਡਿਆਂ ਦੇ ਕਬੱਡੀ ਕੱਪ ਦੇ ਵਿੱਚ ਨਾਜਵਾਨ ਨੂੰ 51000 ਰੁਪਈਏ ਨਾਲ ਸਨਮਾਨਿਤ ਕੀਤਾ ਗਿਆ। ਬਾਬਾ ਰਿੱਕੀ ਸਪੋਰਟਸ ਕਲੱਬ ਹੁੰਗਲ ਟੱਡਾ ਜਿੱਥੇ ਬਹੁਤ ਵੱਡਾ ਕਬੱਡੀ ਦਾ ਕੱਪ ਹੋਇਆ। ਆ ਰਾਜਾ ਸਿੰਘ ਲਾਲਪੁਰ ਦਾ ਧਾਲਾ ਮਾਰਦਾ ਇਹ ਪੰਮਾ ਫਤਿਹਪੁਰ ਦਾ।
ਤਕੜਾ ਜਫਾ ਲਾ ਦਿੱਤਾ ਹੈ, ਤਕੜਾ ਜਫਾ ਲਾ ਦਿੱਤਾ ਮੁੰਡੇ ਨੇ। ਆ ਤਕੜੇ ਜਫੇ ਦੀ ਗੱਲ ਹੋ ਗਈ ਹੈ। ਉਦੋਂ ਪੰਮਾ ਸਾਡਾ ਵੀਰ 100 ਰੁਪਇਆ ਪੰਮੇ ਦੇ ਵਾਸਤੇ ਮਾਣ ਕਰਦਾ ਹੈ। ਆ ਜੰਡ ਕੋਲ 100 ਰੁਪਇਆ ਮੇਰੇ ਕੋਲ ਹੋਰ ਆ ਗਿਆ ਤੁਹਾਡੀ ਟੀਮ ਦਾ। ਔਰ ਖੇਡ ਦੇ ਮੈਦਾਨ ਦੇ ਵਿੱਚ ਇਸ ਸਮੇਂ ਆਰਧ ਕਬੱਡੀ ਸਾਹਮਣੇ ਅਮਰਤਪਾਲ ਸਿੰਘ ਕਾਰੀ ਸਾਰੀ ਪਿੰਡ ਮਾਨੀ ਪੈਂਦਾ ਲੰਬੀ ਪਾਰ ਰੇਡਾ ਭਾਵੇਂ ਲੱਖ ਪੈਂਦੀਆਂ ਤੇ ਗੱਲ ਜਫਿਆ ਤੇ ਮੁਕਣੀ ਹੈ। ਰੇਡਾ ਭਾਵੇਂ ਲੱਖ ਪੈਂਦੀਆਂ ਗੱਲ ਜਫਿਆ ਤੇ ਮੁਕਣੀ ਹੈ, ਜਫਿਆ ਤੇ ਗੱਲ ਮੁਕਣੀ। ਹੁਣ ਸਾਹਮਣੇ ਤਾਜਾ ਕਾਲੇ ਸਿੰਘਾਂ ਦਾ ਗੁਰਤਾਜ ਸਿੰਘ ਮਾਰਦਾ ਪੱਟੇ ਤੋਂ ਥਾਪੀ ਕੇ ਲੋਹੇ ਜਿਹੇ ਪੱਟ ਹੁਣ ਮਾਰ ਮਾਰ ਥਾਪੀਆਂ ਛਾਤੀ ਹੁਣ ਜਾਨ ਜਦੋਂ ਗਜਾਂ ਵਿੱਚ ਨਾਪੀਆਂ। ਲਾਲੀ ਪੈਂਦੀ ਪਿੰਡਿਆਂ ਤੇ ਗਿੱਟ ਗਿੱਟ ਚਾਰਨੀ ਹਾਰੇ ਚ ਲੱਥ ਦੀ ਦੁੱਧ ਵਾਲੀ ਕਾਰਨੀ ਇਹਦਾ ਖਾ ਕੇ ਖੁਰਾਕ ਹਸਰੀਰ ਪੈਂਦਾ ਪਾਲਣਾ। ਸੌਖੀ ਨੀ ਕਬੱਡੀ ਖੇਡਣੀ ਕਾਲਣੀ ਪੈਂਦੀ ਬੜੀ ਕਾਲਣਾ ਰੱਬ ਵਾਂਗੂ ਪੈਂਦੇ ਫਿਰ ਪੂਜਣੇ ਮੈਦਾਨ ਜੀ ਤਾਂ ਜਾ ਕੇ ਪੈਂਦੀ ਹਸਰੀਰਾਂ ਵਿੱਚ ਜਾਣ ਜੀ ਮਨਾ ਮੂਹਾਂ ਮਿਲਦਾ ਫਿਰ ਪਿਆਰ ਜਗ ਤੇ ਬਈ ਮੋੜਾਂ ਤੋਂ ਬੈਠਾਂ ਦੇ ਵੀ ਜਿਹੜੀ ਗੱਲ ਲੱਗਦੀ। ਆ ਇਸ ਸਮੇਂ ਕੁਛ ਸਾਂਦਰਾ ਬੰਦਾ ਜਿਹੜੇ ਹੁਸ਼ਿਆਰ ਬੰਦਾ ਹੈਗਾ ਬਰੋ ਮੈਦਾਨ ਚ ਪੈਂਦਾ ਹੈ ਕਬੱਡੀ ਤੇ ਚਾਰੀਆਂ ਚਾਰੀਆਂ ਛਾਤੀਆਂ ਵਾਲੇ ਜਦੋਂ ਵਿੱਚ ਮੈਦਾਨ ਦੇ ਬੁੱਕਦੇ ਆ ਇਹ ਕਿਹੜੇ ਪਿੰਡ ਦਾ ਗੱਭਰੂ ਲੋਕੀ ਉਂਗਲਾ ਕਰ ਕਰ ਪੁੱਛਦੇ ਆ ਇਹ ਕਿਹੜੇ ਪਿੰਡ ਦਾ ਗੱਭਰੂ। ਇਹ ਸੀ ਕੁਛ ਸਾਂਦਰੇ ਵਾਲਾ ਤੇ ਜਿਹਨੇ ਜਫਾ ਲਾਇਆ ਦਿਸ਼ਾ ਚੱਕਾਂ ਦਾ ਔਰ ਜਿਹੜਾ ਆਲੋਵਾਲ ਦੇ ਨਾਲ ਪ੍ਰਸਿੱਧ ਹੋਇਆ ਨੌਜਵਾਨ ਲਾ ਭੀਮ ਸ਼ੇਰ ਖਾਨ ਦਾ ਇਸ ਵੇ ਖੇਡ ਮੈਦਾਨ ਚ ਕਬੱਡੀ ਪਾਉਣ ਦੇ ਲਈ ਵਧਿਆ ਹੈ। ਪਰ ਪੰਮਾ ਪੰਮਾ ਆ ਤਾੜੀਆਂ ਮਾਰਦੇ ਮੁੰਡੇ ਦੇ ਵਾਸਤੇ ਸਨਾਰ ਮੋਹਨ ਸਿੰਘ ਇਟਲੀ ਵਾਲੇ ਭੇਜੋ ਮਾਣ ਮੁੰਡੇ ਦੇ ਵਾਸਤੇ ਤਕੜਾ ਜਫਾ ਲਾ ਦਿੱਤਾ 200 ਰੁਪਇਆ ਹੋ ਗਿਆ। ਆ ਸਨਾਰ ਮੋਹਨ ਸਿੰਘ ਇਟਲੀ ਵਾਲੇ ਬਾਬਾ ਯੂਕੇ ਜੀ ਕਾਕੇ ਵੀਰ ਵੱਲੋਂ 100 ਰੁਪਇਆ ਬਹੁਤ ਬਹੁਤ ਧੰਨਵਾਦ ਬਾਬਾ ਯੂਕੇ ਜੀ ਬੜਾ ਮਾਣ ਕਰਦੇ ਹੋਏ। ਔਰ ਸਨਾਰ ਮੋਹਨ ਸਿੰਘ ਇਟਲੀ ਵਾਲੇ ਕਹਿੰਦੇ ਵੀ 200 ਰੁਪਇਆ ਆਪਣੇ ਵੱਲੋਂ ਆਪਾਂ ਮਾਣ ਕਰਾਂਗੇ। ਦੀਪਾ ਸਾਬਕਾ ਕਬੱਡੀ ਖਿਡਾਰੀ ਉਹਨਾਂ ਵੱਲੋਂ 200 ਰੁਪਇਆ ਭੇਜਿਆ ਗਿਆ। ਬਹੁਤ ਬਹੁਤ ਧੰਨਵਾਦ ਹੈ ਇਸ ਨੌਜਵਾਨ ਦੇ ਵਾਸਤੇ ਸ਼ਕਤੀਮਾਨ ਦੇ ਲਈ ਸਾਰੀ ਪੰਮੇ ਦੇ ਵਾਸਤੇ ਪੰਮੇ ਦੇ ਵਾਸਤੇ। ਆ ਵੀ ਸੁੱਕੇ ਸਰਦਾਰ ਮੋਹਨ ਸਿੰਘ ਇਟਲੀ ਵਾਲੇ ਨੇ ਔਰ ਕਾਕਾ ਵੀ ਕਹਿੰਦੇ ਨੇ ਕੋਦੋਂ ਵਾਲੇ ਜਿੰਨੇ ਰਫੇ ਲਾਉਣਗੇ 100 ਸਰਦਾਰ ਸੀਤਲ ਸਿੰਘ ਜੀ ਸਰਦਾਰ ਮੋਹਨ ਸਿੰਘ ਇਟਲੀ ਵੱਲੋਂ ਸਰਦਾਰ ਸੀਤਲ ਸਿੰਘ ਸਰਦਾਰ ਮੋਹਨ ਸਿੰਘ ਇਟਲੀ ਵੱਲੋਂ 200 ਰੁਪਇਆ ਪੰਮੇ ਦੇ ਵਾਸਤੇ ਮਾਣ ਭੇਜਿਆ ਗਿਆ 100 ਰੁਪਇਆ ਸਰਦਾਰ ਮੋਹਨ ਸਿੰਘ ਮੇਰੇ ਵਾਸਤੇ ਭੇਜਦੇ ਆ। ਤਾਰਾ ਯੂਕੇ ਵੱਲੋਂ ਦੋਨੋਂ ਟੀਮਾਂ ਦੇ ਵਾਸਤੇ 500 ਰੁਪਇਆ ਮਾਣ ਭੇਜਿਆ ਗਿਆ ਧੰਨਵਾਦ। ਬੋਬਾ ਯੂਕੇ ਵੱਲੋਂ ਕੋਦਰ ਦੇ ਜਾਫੀ ਜਿੰਨੇ ਰਫੇ ਆਉਣਗੇ ਹਰ ਜਫੇ ਦਾ 100 ਰੁਪਇਆ ਕਾਕੇ ਵੀ ਵੱਲੋਂ ਵੀ ਹਰ ਨੰਬਰ ਦਾ 100 ਰੁਪਇਆ ਹੋਵੇਗਾ ਹਰ ਜਫੇ ਦਾ 100 ਤਾੜੀਆਂ ਮਾਰਦੇ ਇੱਕ ਵਾਰੀ ਜ਼ੋਰਦਾਰ। ਵਾਹ ਬਹੁਤ ਤਕੜਾ ਮੈਚ ਜੋ ਖੇਡ ਦੇ ਮੈਦਾਨ ਵਿੱਚ ਖੇਡਿਆ ਜਾ ਰਿਹਾ ਬੋਬਾ ਯੂਕੇ ਜੀ ਤੇ ਸਾਡਾ ਵੀ ਕਾਕਾ ਐਲਾਨ ਕਰਦੇ ਆ ਬਈ ਨਕੋਦਰ ਦੇ ਜਾਫੀ ਜਿੰਨੇ ਰਫੇ ਲਾਉਣਗੇ ਹਰ ਜਫੇ ਦਾ 100 ਰੁਪਇਆ ਹੋਵੇਗਾ। ਇੱਧਰ ਸਰਦਾਰ ਮੋਹਨ ਸਿੰਘ ਇਟਲੀ ਵੱਲੋਂ ਪੰਮੇ ਦੇ ਵਾਸਤੇ ਵੱਡੇ ਮੈਚ ਗੱਫੇ ਸਰਦਾਰ ਸੀਤਲ ਸਿੰਘ ਹੋਣਾਂ ਨੇ ਭੇਜੇ ਹੈ ਮੇਰੇ ਵਾਸਤੇ ਵੀ ਮਾਣ ਭੇਜਿਆ ਪੰਜਾਬੀ ਬੋਲਣ ਦਾ ਧੰਨਵਾਦ ਹੈ। ਤਾਰਾ ਯੂਕੇ ਵੱਲੋਂ ਦੋਨੋਂ ਟੀਮਾਂ ਦੇ ਵਾਸਤੇ 500 ਰੁਪਇਆ ਭੇਜਿਆ ਗਿਆ ਧੰਨਵਾਦ। ਲਾਓ ਇਧਰ ਪੰਮੇ ਨੇ ਫਿਰ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕੇ ਨੌਜਵਾਨ ਗੱਲ ਵੱਖਰੀ ਹੈ। ਹਰੀਸਿਆ ਕਾੜੇ ਦੀ ਟੱਕਰ ਹੈ ਤੱਕ ਵੀ ਬੋਬਾ ਯੂਕੇ ਜੀ ਵੱਡੇ ਮਾਣ ਕਰਨਗੇ। ਇੱਧਰ ਕਬੱਡੀ ਸਾਹਮਣੇ ਆ ਮੈਦਾਨ ਵਿੱਚ ਦੀਸ਼ਾ ਆਲੋਵਾਲੀਆ ਤੇ ਕਾਲੇ ਸਿੰਘ ਦਾ ਬਲਵਿੰਦਰ ਸਿੰਘ ਲਾ ਦੋਨੋਂ ਤੀਰ ਬੇਕਾਰ ਨੇ ਲੰਬੀ ਪਾਰ ਲਾ ਲਾ ਕੇ ਮਾਰਦਾ ਕਿ ਹੱਟ ਪਿਛੇ ਮਿੱਤਰਾਂ ਦੀ ਮੁਸ਼ਰਾ ਸਵਾਲ ਹੈ ਹੱਟ ਪਿਛੇ ਮਿੱਤਰਾਂ ਦੀ ਮੁਸ਼ਰਾ ਸਵਾਲ ਹੈ। ਬੱਲੇ ਸਾਡੇ ਲੰਬਰ ਜੀ ਜੀਵਨ ਸਿੰਘ ਯੂਕੇ 100 ਰੁਪਇਆ ਪਲਵਿੰਦਰ ਕਾਲੇ ਸਿੰਘਾਂ ਦੇ ਕੁੱਦੇ ਦੇ ਛੋਟੇ ਵੀਰ ਵਾਸਤੇ ਇਹ ਸਾਡਾ ਵੀਰ ਕਾਕਾ ਮਾਣ ਭੇਜਦਾ ਹੈ ਬਹੁਤ ਬਹੁਤ ਧੰਨਵਾਦ। ਇੱਧਰ ਕਬੱਡੀ ਖੇਡ ਦੇ ਮੈਦਾਨ ਚ ਹੋਰ ਪੰਗੀ ਹੋਈ ਭੀਮ ਦੀ ਭੀਮ ਨੂੰ ਕੌਣ ਡੱਕੂ ਕੌਣ ਰੱਖੂ ਸਮਾਂ ਦੱਸੂ। ਆ ਸਾਹਮਣੇ ਸ਼ਕਤੀਮਾਨ ਕੀਤੀ ਹੈ ਕੋਸ਼ਿਸ਼ ਪਰ ਰੰਬਰ ਇੱਟ ਦਾ ਬਈ ਦਰਸ਼ਕ ਵੀਰੇ ਪੈਸੇ ਦੀ ਕੋਈ ਗੱਲ ਨਹੀਂ ਜੇ ਮੈਚ ਚੰਗਾ ਲੱਗਾ ਤੇ ਦਿਲੋਂ ਤਾੜੀਆਂ ਮਾਰਦੇ ਕੋਈ ਟੀਮ ਦੇ ਵਾਸਤੇ ਪਤਾ ਲੱਗੇ ਵੀ ਮੈਚ ਦਾ ਵਾਕਿਆ ਆਨੰਦ ਆ ਰਿਹਾ। ਔਰ ਆ ਗਿਆ ਵਸੀਆਂ ਦਾ ਕੁਲਜੀਤਾ ਆ ਗਿਆ ਨੌਜਵਾਨ ਸਲਾਮੂ ਟਾਈਗਰ ਫਾਜੀ ਗੋਗੋ ਸਾਰੇ ਵੀ ਸਤਿਕਾਰਯੋਗ ਨੇ ਮਾਲੀ ਏ ਤੇ ਮਾਲੀ ਬੀ ਦਾ ਅਗਲਾ ਮੈਚ ਖੇਡਿਆ ਜਾਣਾ ਹੈ। ਔਰ ਸਾਹਮਣੇ ਨੰਬਰ ਫਿਰ ਰੋਟਰ ਦਾ ਹੋ ਗਿਆ ਨੰਬਰ ਫਿਰ ਤਾਵੀ ਦਾ
लावी बोबा यूके वालों नकोदर दे जिन्हें जो फैलाने के नारवन उन्हें सौ सौ ते काका साडा वीर कहना भी साडे वालों भी उन्हें सौ सौ होगी रवि आलोवालिया बड़े तजर्बे दे नाल खेलदा मैदान दे विच रवि आलोवाल ढेरिया का पौधा है कबड्डी पहला सैमीफाइनल खेडा जा रहा है ईस्ट टवेल्स कबड्डी क्लब लंडन वालों पाई है कबड्डी आज सामने तीर से हेरा वाला नहीं जफल आ सकिया मैच की समाप्ति है मैच समाप्त इस पहला सैमीफाइनल नंबर भी बोल दे रुपिंदर जलाल जी अगले मैच वास्ते खेलते मैदान चढ़ आ भी सुखे इस मैच के बच्चे बाबा मराज शाह कबड्डी क्लब नकोदर दे साढ़े बई नंबर ईस्ट विलेज कबड्डी क्लब लंडन दे चौबी नंबर तारिया मार दे ईस्ट विलेज कबड्डी क्लब लंडन की टीम इस बार जीत रहे बद बद मुबारक सारे हाफ टाइम के भी अद्धे का फर्क सी लास्ट नंबर से भी अद्धे एक अद्धे नंबर का फर्क रहा बहुत तगड़ा मैच दोनों टीमों के दरमियान खेडा गया और बेनती है जंड कोच जंड हेलो आ बेनती है इंद्रपाल बजमा जी के जग्गी मौली सुखे पंडाल का कालवां के प्रवान का ताजे काले संघां का मान सम्मान मित्र लै रहे सरदार नानक सिंह जी जिन्हां वालों सुखे पंडाल में 200 रुपया ताजे काले संघां के लिए 200 रुपया गुरविंद पलवान कालवां के वास्ते 200 रुपये का मान भेजा गया सो बेनती है भी जग्गी सड़ा भी मेरे को माया के गफे लै जाए सरदार मोहन सिंह इटली वाले का मैं बहुत बहुत धन्यवाद करना मेरे वास्ते भी बड़ा मान भेजे है बहुत बहुत धन्यवाद है और इधर सैमीफाइनल मैच शुरू हो जा रहा है दूजा सैमीफाइनल माली ए ते माली बी दा आर केंद्र भी पमासिया भरावां की टक्कर हो लगी है दांग खड़कनी है मैच के पूरी धन्यवाद माया के गफे सरदार नानक सिंह जी उन्होंने दिते खिलाड़ियों इस मैच 31,000 की टक्कर होनी है माली ए माली बी का मैच होना है इस तो बाद 75 किलो का फाइनल होना है 75 किलो का फाइनल माली ए ते नकोदर का खेडा जाना है यह भी तैयार हो जाना इस मैच तो बाद 75 किलो का फाइनल होगा माली ए ते नकोदर माइक ते साडा वीर रुपिंदर जलाल जी होंगे दूसरा सैमीफाइनल मैच इस वेले खेड मैदान खेडा जा रहा है जेड़े मेरे वीर ग्राउंड दे विच नहीं खेड रहे कपड़े पाए हुए ने उन्होंने मेरी बेनती है भी बाहरली साइड जाके बैठ जाए जेड़े वीर पहले सैमीफाइनल का नजारा है एक बारी ताड़ी मार के जरूर दस दौ कि मौली पिंड दे मुंडे वेख लो मुंडे शौक पगांदे ने मौली पिंड दे मुंडे वेख लो मुंडे शौक पगांदे ने दसा नौहां दी किरत कमाई खेडां उपर लाउंदे ने खरे खोटे दी परख इन्हां नूं करदे गल टनका के राजे खेले सच्चे सज्जन मिलदे जफियां पाके राजे खेले सच्चे सज्जन मिलदे जफियां पाके शहीद भगत सिंह क्लब नूं लख लख बार मुबारकबाद है जिन्होंने इस ग्राउंड दे विच दुनिया के स्टारां दे दर्शन जिहड़े करवाए है लै वी सुखे वीर उधर सुखा कहना भी गोगो रुड़की का जिन्हें भी जफे लाओ हर एक जफे का एक 100 दे नाल मान सम्मान किया जाऊगा कबड्डी 365.com आज के इस टूरनामेंट पूरी दुनिया के लाइव दिखा रहा है उत्थे पंजाब भर के कहने फास्टवे चैनल के जरिए साढ़े भरा घर बैठे इन्हों मैचों का आनंद माणते हैं एक पासे मौली ए की टीम जी खेतों वाली साइड है और मौली बी की टीम कहते पिंड वाली साइड दोनों इसे नगर दीमां मेरे वीर कुलवीर मौली वाला इस वे कबड्डी पाने के लिए खेड मैदान वध्या होया आ जाफी कहते टाइगर के तौर पर जाने जाता बाबा मेहर करे थोड़ी सट लगी कुलवीर दे
इस वे पहला पॉइंट मेरे वीर मौली ए दी टीम के हिस्से जा जुड़े है, मौली ए दे हिस्से जा जुड़े। जग्गा रुड़की जी 500 का मान सम्मान मेरे वीर गोगो रुड़की के लिए पूजा करते हैं। उधर सुखा साडा वीर कहना भी जिन्हें भी जफे लाउणगे जिन्ना भी गोगो रुड़की का जफे लाऊगा हर एक जफे का 100 का दिता जाएगा। उधर मौली नकोदर दीआं टीमां दे दरमियान 75 किलो का फाइनल मैच खेडा जाना है। इधर कहिंदे जाफी सुनील फतेहपुरिया इस वेले मेरे वीर कोशिश करता ते सोनी फतेहगढ़ छन्ना वाला पॉइंट लैके वापस जांदा होया अपनी टीम दे लई। जे संदीप आखीए ते कोई नहीं जानदा, जे छोटा गल्ला बहूहे वाला आखीए ते मेरे वीरो कबड्डी दे प्रेमी इस नौजवान नूं जानदे है। लो छोटे गल्ले दी पई हुई रेड, एक पासे टाइगर सांधरा वाला नाल भी कहिंदे मुकाबला इस वेले अमृत छन्ना वाले दे नाल हो चुका है। अमृत छन्ना वाला कहिंदे जिले पटियाले दा है स्टार जाफी मेरे वीरो, वाह ओए नौजवान एक बारी जोरदार ताड़ी मार दो कुलजीते दे नाते मेरे वीरो। कुलजीता मेरे वीरो कबड्डी का बहुत बड़ा ना कि धूणा पट्टी जाते हैं जिन्ना दुध मामा का पीता लोग फड़ने सौखे नहीं। दुला लखा ते कुलजीता, दुला लखा ते कुलजीता कबड्डी का बहुत बड़ा ना। बोगड़ परिवार मेरे वीरो बग्या वाले मंगी दे नाल कहने भरावां तो वध के प्यार। लो मलसियां वाले कुलजीते दी पई हुई रेड, उधर पॉइंट इस वेले वेखिए भी रेडर के हिस्से जा जुड़े है। इधर काला कुलथम वाला कुलथम की धरती कहते लैंबर सिंह कंग ने इंग्लैंड फेडरेशन की प्रधानगी की है, अज भावें साथों सदा लई विछड़े है पर उन्होंने याद हमेशा मेरे वीर इस इन खेड मैदान रहेगी। दूसरे पासे चाचा लखड़किया वाला अपनी टीम को लेकर पुजा होया पर आ जाफी कहते सांतरा वाला टाइगर खेड मैदान पूरी कोशिश करता हो मुकाबला सख्त है। एक बारी जोरदार ताड़ी मार दो मेरे पंजाबी वीरो, एन कुंडिया के सिंह फस गए। कोई नित्रू बड़ेमे वाली गल है कि नित्रू बड़ेमे खाणी, कोई नित्रू बड़ेमे खाणी। उधर सोनू भेटा वाला अज कहते माली की धरती के मुकाबले है, 2 तरीक आल ओपन के मुकाबले कौकिया करवाए जाएंगे, 3 तरीक कोट संदीप आप सब सदे दे रहा है, 5 तरीक सबद्दी, 9 तरीक अमरगढ़ के लागे मेरे वीरो लांघड़िया, 12 तरीक कहते मालवे का बहुत वड्डा टूरनामेंट निहाल सिंह वाला तहसील का धूपकोट रसीला होगा। दोने ग्राउंड तो जल्दी आओ मौली दे नगोदर। अगली रेड नाजन काला मौली वाला मेरे वीर इस वे पाने लिए वादा होया काला मौली वाला काले गाजियाने का ना खेड मैदान चलता है। एक पासे नौजवान मेरे वीर सलामू, वाह सलामू नहीं रिस है ये करमदीन मेरे वीर करमदीन शाम 84 वाला फौजी शाम 84 वाला इस वे अगली रेड पाने लिए खेड मैदान वादा होया। 12 तरीक धूरकोट रणसी निहाल सिंह वाला तहसील का पिंड है जिथे मुकाबले करवाए जाएंगे। बेस्ट रेट से जाफी ने मोटरसाइकलों के मान सम्मान होगी पर खेड मैदान करमदीन फौजी शाम 84 का इस वे पॉइंट लैके वापस जाता होया अपनी टीम के लिए कि मुड़को मुड़की होगा वेखो जोर चोबरों का कंडा भी नहीं चुभदा जिसम कठोर चोबरा दा चढ़ती उम्र गर्म खून ललकारे तां वजदे राजे खेले मर्द मदानों डर के भजदे राजे खेले मर्द मदानों डर के नहीं भजदे। इधर काले दे लई लै भी काले वीर कुलथम वाले माया दे गफे जिहड़ा फड़ ली नौजवान है। इधर छोटा गला बहूहे वाला पर गुरजीत सिंह गोगो रुड़की दा यह भी इस इलाके का स्टार है मेरे वीर, ये इलाके का स्टार है गुरजीत सिंह गोगो रुड़की दी कहिंदे दुगाल वाले बिट्टू दे नाल सियां दे कुलजीते नाल यारी है मेरे वीरो कि सानू फकर दोस्तां ते साडी होण यारी दे चर्चे राजे खेले सौ रब दी सच्चे यार नहीं जांदे परखे सच्चे यार नहीं जांदे परखे। लाइटां वाले वीर नूं बेनती है इधर प्रधान साहब कहिंदे फाइनल मैच जिहड़े दोनों ही बड़े कांटेदार बड़ी फसमी टक्कर होनी है ते लाइटां जिहड़ियां चैक कर लै वीर चालू कर दे क्योंकि इस तों बाद 2 मैच एक पासे मौली ते नकोदर दा जिहड़ा फाइनल मैच 75 किलो वर्ग दा ते उस तों बाद ओपन दा आल ओपन दा ईर्थ विलेज कबड्डी क्लब ते इहनां दे विचों जित्तण वाली टीम दा मेरे वीरो फाइनल मैच खेडा जाएगा। तकड़ा मैच है आ भी कहिंदे सैमीफाइनल सिरे दा दोनों पिंड दीआं टीमां मौली दीआं मेरे वीरो इस वेले खेड रहीआं। इधर गुरजीत गोगो पर नहीं अरविंद पलवान, अरविंद पलवान मेरे वीरो लखण के पट्टियां वाला चल भी कुलजीते पा भी कबड्डी
इंद्रजीत सिंह ਧੁੱਗਾ ਕਹਿੰਦੇ ਨਿਊ ਮਿਲੇਨੀਅਮ ਟਾਇਰ ਵਾਲਾ ਮਾਣ ਕਰਦਾ ਇਸ ਨੌਜਵਾਨ ਤੇ ਇਸ ਲਈ ਗਬਰੂ ਕੁਲਜੀਤਾ ਮਲਸੀਆਂ ਵਾਲਾ ਕਬੱਡੀ ਪਾ ਰਿਹਾ ਸਟਾਰ ਕਬੱਡੀ ਦਾ ਮੇਰੇ ਵੀਰੋ ਸਟਾਰ ਕਬੱਡੀ ਦਾ ਸਟਾਰ ਮਲਸੀਆਂ ਵਾਲਾ ਕੁਲਜੀਤਾ ਦੁਨੀਆ ਭਰ ਦੇ ਵਿੱਚ ਕਬੱਡੀ ਖੇਡਣ ਵਾਲਾ ਇਸ ਵੇਲੇ ਵੇਖਦਾ ਵੀ ਮੱਠੜਿਆਂ ਦੇ ਵਿੱਚੋਂ ਲੱਖ ਜਿੱਤਣ ਵਾਲਾ ਮੇਰੇ ਵੀਰੋ ਇੱਕ ਸਾਲ ਲੱਖ ਲੱਗਿਆ ਮੇਰੇ ਵੀਰੋ ਔਰ ਉਹ ਸਾਲ ਕਹਿੰਦੇ ਸੋਹਣ ਨੇ ਜੱਫਾ ਲਾਇਆ ਸੀ सवा लख लगे सॉरी इस साल मेरे वीरो 51,000 लगे नॉन स्टॉप कबड्डिया पाइया पर हरजीत बरार तो बाद जे किसी रेडर ते पैसे लगे है वह कुलजीता मलसिया वाला मेरे वीरो लो खेड मैदान आप वेखिए नौजवान अरविंद भलवान का लगता हुआ तकड़ा जफा इस वे पॉइंट जाफी का नकोदर ते मौली कबड्डी 75 किलो दी टीम जल्दी के नाल ग्राउंड दे विच आ जाण नकोदर वर्सिज मौली ये दोनों टीमों को मेरी बेनती है 75 किलो वर्ग दीम बिना किसी देरी के ग्राउंड दे विच आ जाण इन्हां ये मैच जिहड़ा समाप्त होने वाली है मेरी बेनती नकोदर ते मौली दी टीमों भी वो जल्दी के नाल बिना किसी देरी के ग्राउंड दे विच आ जाण तकड़े मैच खेडे गए हैं इस तों बाद दो जिहड़े मैच मेरे वीर इस टूरनामेंट के बाद रेंदे ने दो मैच जेडे बाकी है फाइनल उधर दीपा यूके महान कबड्डी खिलाड़ी मौली वाला दीपा मेरे वीरो प्रवान जी बाई जी किहदे लई है इन्हां बोलां तो खुश होके मेरे वीरो मान सम्मान करदा कोच इंग्लैंड कबड्डी फैडरेशन का उधर कहिंदे सुरेंद्र मानकोणी भलवान चैला भलवान ते नाल लाला मेरे वीरो कुलवीर लाला ईर्थ गुलिच कबड्डी क्लब वाले वह भी अपने साथियों के नाल बैठे इन्हां मैचों का आनंद माण रहे हैं पर आपां खेड मैदान देखिए करमदीन फौजी इस वेले शाम 84 वाला टपरिया नवा पिंड टपरिया के टूरनामेंट का यह नौजवान कहते बेस्ट रेडर कबड्डी का खिडारी टीवीएस मोटरसाइकिल का जेतू पिछले दिन 28 तरीक का मेरे वीरो कबड्डी पा रहा है पर दूसरे पास फतेहपुरी सुनील इस वे कोशिश करता हुआ पॉइंट रेडर के हिस्से जा जुड़ा है कि मर जे जमीर बंदा मरिया ही हुंदा है अणखा ना कैम सदा रेंदी सरदारी है कुरबानी वाला जज्बा तो बिरले च रह गया दौलत ते शोहरत ना दौलत ते शोहरत ते सब नू प्यारी है धागे ते तवीता नाल कौडी नहीं उह खेड हुंदी जोश होश दौड़ नाल बणदे खिडारी है हरजीत मेरे वांग तुकबंदी जणा खणा करी जांदा तर्क ना लिखे जो विरला लिखारी है तर्क ना लिखे जो विरला लिखारी है एक कबड्डी दे खिडारी नौजवान अरविंदर भलवान अरविंद भलवान मेरे वीरो ला तकड़ा जफा लखन के पटिया वाला चल भी पटियालिया राजा महाराजा की धरती मेरे वीरो भवानीगढ़ के लागे इस नौजवान का पिंड है जिथों का पाली प्रसिद्ध है उस पिंड का अमृत कहते जाफियां प्रसिद्ध है आ भी नौजवान इस वेले मेरे वीरो प्रसिद्ध बन गया इस वेले गभरू पॉइंट लैके वापस जाता हो गभरू काला ते कुलवीरा मौली वाला जिन्ने पॉइंट रहणगे उन्ने कहिंदे 100 रुपया तारा यूके वाला साडा वीर मान सम्मान करेगा काला ते कुलवीरा मेरे वीरो ते नाल ही इकबाल भी जिन्ने भी जफे लाऊ हर एक जफे का बोवे यूके वालों भी मेरे वीरो इकबाल जिन्ने जफे लाऊ हर एक जफे का माण मौली ते नकोदर कबड्डी 75 किलो का फाइनल मैच जल्दी के नाल टीम ग्राउंड दे विच आ जाण मौली ते नकोदर ये 75 किलो दीआं टीमां जल्दी के नाल ग्राउंड दे विच आ जाण कि तू बीते ते पछतावी ना फिर अगे धोखा खावी ना मेहनत नाल सफलता मिलती है तू मेहनत तो घबरावी ना राजे खेले की गल मन सजना कदे हक पराया खावी ना पर कुलजीता पॉइंट लैके वापस जाता है अपनी टीम के लिए हाफ टाइम इस मुकाबले का हो चुका है मौली ते नकोदर दीआं टीमां नूं मेरी बेनती भी बिना किसी देरी से वो जल्दी के नाल ग्राउंड दे विच आ जाण मौली ते नकोदर 75 किलो इस मैच दे हाफ टाइम दे अंक मौली ए दे 14 अंक ने ते मौली बी दे 6 अंक ने 14 ते 6 जिते कोई भी टीम जिते पर ना जिहड़ा प्रसिद्ध वो मौली दा ही होना है क्योंकि ए बी टीमां जिहड़ियां खेड रहियां है मौली ते नकोदर दीआं 75 किलो दीआं टीमां बिना किसी देरी ते ग्राउंड दे विच आ जाण मौली ते नकोदर दीआं टीमां जिहड़ियां 75 किलो वर्ग दीआं उह बिना किसी देरी ते ग्राउंड दे विच आ जाण फौजी शाम 84 वाला इस वेले कबड्डी पाउण दे लई खेड मैदान दे विच वधिया होया लो इस वेले वेखदा फौजी शाम 84 वाला मेरे वीरो कबड्डी पा के पॉइंट लैके वापस जांदा होया अपनी टीम दे लई छोटा गला बहूहे वाला
ਲੈ ਸੁਲੱਖਣ ਪ੍ਰਧਾਨ ਸਾਹਿਬ ਅੱਜ ਫਾਸਟ ਵੇ ਵੀ ਕਹਿੰਦੇ ਪੰਜਾਬ ਦੇ ਵਿੱਚ ਇਹਨਾਂ ਮੈਚਾਂ ਨੂੰ ਦਿਖਾ ਰਹੀ ਹੈ kabaddi365.com ਦੇ ਜ਼ਰੀਏ ਜਿੱਥੇ ਪੂਰੀ ਦੁਨੀਆ ਦੇਖ ਰਹੀ ਹੈ ਉੱਥੇ ਫਾਸਟ ਵੇ ਦੇ ਜ਼ਰੀਏ ਮਾਲਵੇ ਤੋਂ ਕਹਿੰਦੇ ਮਾਝੇ ਤੋਂ ਫੋਨ ਆ ਰਹੇ ਹੈ ਵੀ ਮੁਬਾਰਕਬਾਦ ਹੈ ਮੌਲੀ ਦੀ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਫਗਵਾੜਾ ਨੂੰ ਮੌਲੀ ਪਿੰਡ ਨੂੰ ਐਨਆਰਆਈ ਭਰਾਵਾਂ ਨੂੰ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਵਧੀਆ ਟੂਰਨਾਮੈਂਟ ਤੇ ਦੁਨੀਆ ਦੇ ਸਟਾਰ ਕੇ ਲੜ ਲਗ ਗੁਰੂ ਦੇ ਦਾਅ ਵਿੱਚ ਸਿੱਖਣੇ ਪੈਂਦੇ ਨੇ ਰਹਿਣਾ ਪੈਂਦਾ ਸਕੂਲਾਂ ਦੇ ਵਿੱਚ ਜਿਹੜੇ ਕੋਚ ਉਹ ਕਹਿੰਦੇ ਨੇ ਜ਼ਰੂਰੀ ਹੈ ਖਿਡਾਰੀ ਲਈ ਨਿਮਰਤਾ ਤੇ ਪਿਆਰ ਮਿੱਤਰੋ ਬਣਨਾ ਸੌਖਾ ਨਹੀਂ ਕਬੱਡੀ ਦਾ ਸਟਾਰ ਮਿੱਤਰੋ ਪੋਪੇ ਯੂਕੇ ਵੱਲੋਂ ਗੋਗੋ ਦੇ ਲਈ 200 ਰੁਪਏ ਦਾ ਮਾਨ ਸਨਮਾਨ ਆਇਆ ਉਧਰ ਤਾਰਾ ਯੂਕੇ ਉਹ ਵੀ ਕਹਿੰਦੇ ਵੱਡੇ ਮਾਨ ਸਨਮਾਨ ਕਾਲਾ ਮੌਲੀ ਤੇ ਇਕਬਾਲ ਦੇ ਕਰੂਗਾ ਸਾਡਾ ਵੀਰ ਹੈਲੋ 75 ਦੀਆਂ ਫਾਈਨਲ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਪਹੁੰਚਣ ਮੌਲੀ ਦੇ ਨਕੋਦਰ ਮੌਲੀ ਤੇ ਨਕੋਦਰ ਦੀਆਂ ਟੀਮਾਂ 75 ਕਿਲੋ ਦੀਆਂ ਅਸੀਂ ਵਾਰ ਵਾਰ ਸੱਦੇ ਦੇ ਰਹੇ ਹਾਂ ਮੇਰੀ ਬੇਨਤੀ ਵੀ ਜਲਦੀ ਦੇ ਨਾਲ ਇਹ ਦੋਨੋਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਮੌਲੀ ਤੇ ਨਕੋਦਰ ਦੀਆਂ ਟੀਮਾਂ ਮੇਰੀ ਬੇਨਤੀ ਵੀ ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਆ ਜਾਣ ਇਧਰ ਗੁਰਜੀਤ ਸਿੰਘ ਗੋਗੋ ਰੁੜਕੀ ਦਾ ਇੱਕ ਗੁਰਜੀਤ ਪੁਰੇਵਾਲ ਕਹਿੰਦੇ ਪੁਰੇਵਾਲ ਬਲੂਬੇਰੀ ਫਾਰਮ ਦਾ ਨਾਂ ਚੱਲਦਾ ਹੈ ਉਧਰ ਗੁਰਜੀਤ ਗੋਗੋ ਦੇ ਚਾਚਾ ਜੀ ਇਹ ਵੱਡੇ ਮਾਣ ਸਨਮਾਨ ਇਸ ਨੌਜਵਾਨ ਦੇ ਲਈ ਕਰਦੇ ਹੈ ਕਿ ਸਾਡੀ ਕੌਮ ਪਿਤਾ ਦਸ਼ਮੇਸ਼ ਵਾਲੀ ਇਧਰ ਸੁੱਖੇ ਵੀਰ ਵੱਲੋਂ ਵੀ ਮੇਰੇ ਵੀਰੋ ਇੱਕ ਸੌ ਦਾ ਮਾਣ ਸਨਮਾਨ ਗੁਰਜੀਤ ਗੋਗੋ ਦੇ ਲਈ ਆਇਆ ਹੈ ਕਿ ਸਾਡੀ ਕੌਮ ਪਿਤਾ ਦਸ਼ਮੇਸ਼ ਵਾਲੀ ਸਾਡੇ ਸਿਰ ਦਸਤਾਰਾ ਸੱਜ ਲੱਗਾ ਜਾਜ ਕੇ ਮਾਰ ਦੇਣਾ ਹੈਲੋ ਇਧਰ ਨੌਜਵਾਨ ਮੇਰੇ ਵੀਰੋ ਜਾਫੀ ਖੇਡ ਮੈਦਾਨ ਦੇ ਵਿੱਚ ਕੋਸ਼ਿਸ਼ ਕਰਦਾ ਹੋਇਆ ਇਕਬਾਲ ਸਿੰਘ ਮੇਰੇ ਵੀਰੋ ਇਸੇ ਨਗਰ ਦਾ ਪਰ ਸੋਨੀ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਨੌਜਵਾਨ ਤੋਂ ਹੀ ਪੀ ਲੱਡੂ ਵੀ ਕਦੇ ਨਾ ਭੋਰੀਏ ਉਂਗਲੀ ਨੂੰ ਲਾ ਕੇ ਨਿਆਣਾ ਤੋਰੀਏ ਆਸਾ ਰੱਬਾ ਸਭ ਦੀਆਂ ਕਰੀ ਪੂਰੀਆਂ ਰਾਜੇ ਖੇਲੇ ਯਾਰਾਂ ਚ ਨਾ ਪੈਣ ਦੂਰੀਆਂ ਰਾਜੇ ਖੇਲੇ ਯਾਰਾਂ ਚ ਨਾ ਪੈਣ ਦੂਰੀਆਂ ਲਓ ਖੇਡ ਮੈਦਾਨ ਦੇ ਵਿੱਚ ਨੌਜਵਾਨ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਉਧਰ ਕਹਿੰਦੇ ਚਾਰ ਪਵਨ ਯੂਕੇ ਵੱਲੋਂ ਜਿੰਨੇ ਵੀ ਇਕਬਾਲ ਜੱਫੇ ਲਾਊ ਹਰ ਇੱਕ ਜੱਫੇ ਦਾ 200 ਦੇ ਨਾਲ ਮਾਣ ਸਨਮਾਨ ਕੀਤਾ ਜਾਵੇਗਾ ਪਵਨ ਯੂਕੇ ਇਧਰ ਕਾਲਾ ਕੁਲਥਮ ਵਾਲਾ ਉਧਰ ਕਹਿੰਦੇ ਚਾਚਾ ਲੱਖਣ ਕੇ ਪੱਡਿਆਂ ਵਾਲਾ ਆਪਣੀ ਆਪਣੀ ਟੀਮ ਨੂੰ ਹੱਲਾ ਸ਼ੇਰੀ ਦੇ ਰਿਹਾ ਹੈ ਵੀ ਦੇਖਦੇ ਹਾਂ ਵੀ ਕਿਹੜੀ ਟੀਮ ਫਾਈਨਲ ਦੇ ਵਿੱਚ ਪੁੱਜਦੀ ਹੈ ਲੈ ਵੀ ਸਾਊਂਡ ਵਾਲਿਆ ਇਸ ਮੈਚ ਤੋਂ ਬਾਅਦ ਜਿਹੜੀ ਆਪਣੀ ਬੈਟਰੀ ਚੇਂਜ ਕਰ ਲਈ ਲੋ ਸੋਨੂੰ ਭੇਟਾਂ ਵਾਲਾ ਮੇਰੇ ਵੀਰੋ ਉਧਰ ਚਾਰਾਂ ਦੇ ਵਿੱਚੋਂ ਫਤਿਹਪੁਰੀ ਆ ਪਰ ਡਬਲ ਟੱਚ ਜਿਵੇਂ ਪ੍ਰੋਫੈਸਰ ਸਾਹਿਬ ਨੇ ਆਖਿਆ ਸੀ ਕਿ ਕੋਈ ਮੁੱਲ ਨਹੀਂ ਪੈਂਦਾ ਕਾਰਤੂਸ ਚੱਲੇ ਦਾ ਖੇਡਾਂ ਵਿੱਚੋਂ ਖੇਡ ਕਬੱਡੀ ਜੱਫਾ ਕੱਲੇ ਕੱਲੇ ਦਾ ਖੇਡਾਂ ਵਿੱਚੋਂ ਖੇਡ ਕਬੱਡੀ ਜੱਫਾ ਕੱਲੇ ਕੱਲੇ ਦਾ ਨੌਜਵਾਨ ਅਗਲੀ ਰੇਡ ਇਸ ਵੇਲੇ ਛੋਟਾ ਗੱਲਾ ਬਹੂਹੇ ਵਾਲਾ ਲੈ ਵੀ ਲਾਈਟਾਂ ਵਾਲੇ ਵੀਰ ਨੂੰ ਬੇਨਤੀ ਆ ਵੀ ਜਿਹੜੀਆਂ ਦੋ ਲਾਈਟਾਂ ਹੈ ਉਹ ਨਹੀਂ ਚੱਲ ਰਹੀਆਂ ਪਲੀਜ਼ ਉਹ ਜਲਦੀ ਦੇ ਨਾਲ ਚੈੱਕ ਕਰ ਲਵੇ ਦੋ ਦੀਆਂ ਵੀ ਤਿੰਨ ਨਹੀਂ ਚੱਲ ਰਹੀਆਂ ਜੀ ਮੇਰੀ ਬੇਨਤੀ ਹੈ ਲਾਈਟਾਂ ਵਾਲੇ ਮੇਰੇ ਵੀਰ ਨੂੰ ਕਿਉਂਕਿ ਜਿਹੜੇ ਦੋਨੋਂ ਫਾਈਨਲ ਹੋਣਗੇ ਉਹ ਥੋੜੇ ਹਨੇਰੇ ਦੇ ਵਿੱਚ ਮੇਰੇ ਵੀਰੋ ਡੇ ਨਾਈਟ ਜੇ ਆਪਾਂ ਕਹਿ ਲਈਏ ਤਾਂ ਕਰਵਾਏ ਜਾਣਗੇ ਅੱਜ ਕੱਲ੍ਹ ਪਹਿਲਾਂ ਤਾਂ ਮਾਲਵੇ ਦੇ ਵਿੱਚ ਹੀ ਇਹ ਥੋੜੀ ਆਦਤ ਸੀ ਪਰ ਹੁਣ ਮੈਂ ਦੁਆਬੇ ਦੇ ਵਿੱਚ ਵੀ ਦੇਖਦਾ ਵੀ ਥੋੜਾ ਹਨੇਰਾ ਕਰਨ ਦੀ ਜਿਹੜੀ ਆਦਤ ਪੈ ਗਈ ਆ ਲਾਈਟਾਂ ਵਾਲਿਆਂ ਦਾ ਵੀ ਚਲੋ ਵਧੀਆ ਰੁਜ਼ਗਾਰ ਚੱਲੀ ਜਾਂਦਾ ਪਰ ਜ਼ਿਆਦਾ ਨਹੀਂ ਇਹ ਨਹੀਂ ਵੀ 11-12 ਵਜੇ ਫਾਈਨਲ ਇਹ ਸਹੀ ਸਮੇਂ ਤੇ ਮੇਰੇ ਵੀਰੋ ਜਿਹੜੇ ਫਾਈਨਲ ਹੋਣੇ ਚਾਹੀਦੇ ਆ ਕਬੱਡੀ ਦਿਨ ਨੂੰ ਖੇਡਣ ਹੁੰਦੀ ਹੈ ਰਾਤ ਨੂੰ ਨਹੀਂ ਲਓ ਸੋਨੂੰ ਸੋਨੀ ਮੇਰੇ ਵੀਰੋ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਸੋਨੀ ਨੌਜਵਾਨ ਇਸ ਵੇਲੇ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਨੌਜਵਾਨ ਉਧਰ ਅਗਲੀ ਰੇਡ ਖੇਡ ਮੈਦਾਨ ਦੇ ਵਿੱਚ ਫਿਰ ਪੈ ਚੁੱਕੀ ਮੇਰੇ ਵੀਰੋ ਮੌਲੀ ਦੀ ਟੀਮ ਵੱਲੋਂ ਰੁੜਕੀ ਦਾ ਗੋਗੋ ਨਾਲ ਟਾਈਗਰ ਸਾਂਦਰਾ ਦਾ ਸਲਾਮੂ ਕਹਿੰਦੇ ਨੌਜਵਾਨ ਸ਼ਾਮ 84 ਵਾਲਾ ਇਹ ਸਾਂਦਰਾ ਵਾਲਾ ਟਾਈਗਰ ਪਹਿਲੇ ਮੈਚ ਦੇ ਵਿੱਚ ਕਹਿੰਦੇ ਕੁਛ ਨੇ ਬਹੁਤ ਸੋਹਣੀਆਂ ਕਬੱਡੀਆਂ ਪਾਈਆਂ ਇਸ ਮੈਚ ਦੇ ਵਿੱਚ ਟਾਈਗਰ ਸੋਹਣਾ ਖੇਡ ਰਿਹਾ ਆਓ ਇਹ ਮੈਚ ਸਮਾਪਤ ਹੋ ਚੁੱਕਿਆ ਹੈ ਮੌਲੀ ਏ ਦੀ ਟੀਮ ਜੇਤੂ ਰਹੀ ਮੌਲੀ ਏ ਤੇ ਈਰਥ ਪੁਲਿਚ ਕਬੱਡੀ ਕਲੱਬ ਦਾ ਫਾਈਨਲ ਹੋਵੇਗਾ ਜਿਹਨੇ ਦੇਖਣਾ ਇੱਕ ਵਾਰੀ ਤਾੜੀ ਮਾਰ ਦਿਓ ਮੇਰੇ ਵੀਰੋ ਸਾਰੇ ਉਹੀ ਮੈਚ ਦੇਖਣ ਨੂੰ ਬੈਠੇ ਆ ਵੀ ਈਰਥ ਬੁਲਿਚ ਕਬੱਡੀ ਕਲੱਬ ਲੰਡਨ ਤੇ ਮੌਲੀ ਦੀਆਂ ਟੀਮਾਂ ਦੇ ਦਰਮਿਆਨ ਜਿਹੜਾ ਫਾਈਨਲ ਹੋਵੇਗਾ ਆਓ ਮੌਲੀ ਤੇ ਨਕੋਦਰ ਦੀਆਂ ਟੀਮਾਂ ਦੇ ਦਰਮਿਆਨ ਫਾਈਨਲ ਕਬੱਡੀ 75 ਕਿਲੋ ਵਰਗ ਹੈਲੋ ਹੈਲੋ 75 ਕਿਲੋ ਫਾਈਨਲ ਮਾਲੀ ਏ ਤੇ ਨਕੋਦਰ
उधर साढ़े दरम्यान थोड़े समय दे विच विजय सापला जी है एम पी हुशियारपुर उन्होंने नाल अवतार सिंह जी मंड साबका मैंबर जिला परिषद सभी जी भारद्वाज साबका इंप्रूवमेंट ट्रस्ट फगवाड़ा वो भी साढ़े दरम्यान थोड़े समय दे विच पुजन जा रहे हैं। विजय सापला जी जो कि एम पी ने वो थोड़े समय दे विच साढ़े इस टूरनामेंट दे विच शिरकत करनगे। आओ 75 किलो फाइनल की कमेंटरी दे लई साडा वीर बिट्टू हुशियार बिट्टू बिहारी पुरिया जिथों का किंदू कहिंदे हरजीत बराड़ तो लैके अज भी मेरे वीर कबड्डी खेड रहा हरजीत बराड़ दे नाल भी खेडिया ते अज भी नौजवान अज दे नौजवानां दे नाल भी कबड्डी खेड रहा है बिहारी पुरिया किंदू कबड्डी दा बहुत वड्डा नाम। आ फाइनल वाले पहुंच जाण जी 75 किलो वाले मौली हाँ जी 75 किलो का फाइनल मैच खेडन दे वास्ते पाली खोजे वालू बेनती है भी टीम लैके आ जाए पाली खोजे वाली आ माली की टीम लैके आ जाए तो नकोदर की टीम जंड कोच नूं बेनती है भी आ जा मेरा वीर फाइनल मैच खेडन दे वास्ते नकोदर ते माली का फाइनल मैच 75 किलो भार का खेडा जाना है। हाँ जी जसवीर सिंह शीरा जो साढ़े को बुझे ने वीर उन्होंने उत्तर बुझन से बहुत बहुत धन्यवाद जी आया नो जसवीर सिंह शीरा माली ए तीन कोदर फाइनल मैच 75 किलो का माली ए तीन कोदर फाइनल मैच की टीम माली ए की टीम आ गई है ते नकोदर की टीम जी पहुंच जाए नकोदर फाइनल मैच के वास्ते नकोदर की टीम लब्बा रसूलपुरिया ग्राउंड में आ जाए लब्बा रसूलपुर चिकनाई वाली चीज कोई भी ना लाके आवे क्योंकि पहले मैच बाद गर्मी होगी सो हाथ तिलक जाता है इस करके चिकनाई वाली चीज कोई भी ना ला के आवे नेरा हो गया है क्योंकि जवानी में तिलक जाते पैर मारदा ते गरीब नू गर्मी का कहर मारदा पिंडों दूर हो जाता शहर मारदा जे अध विचकारे फट जाता टैर मारदा ते पास ही नहीं अजकल जवानी नू चिट्टे का जहर मारदा अजकल जवानी नू चिट्टे का जहर मारदा माली एरी टीम आ गई है बेनती करांगे विरोधी टीम नकोदर दी वह भी ग्राउंड विच पुज जावे नकोदर दी टीम जिहड़ी है वह खेड दे मैदान विच पुज जावे बड़ी मेहरबानी होगी। लाइटा वाले भी बेनती है भी लाइटा जिहड़ियां नहीं चल रही भी आन कर दे मेरा भीर बड़ी मेहरबानी होगी। इह तारा यूके जी जिन्हां वालों खिडारियों नूं वड्डे मान दित्ते गए तारा यूके जी आपां रैफरियां दा भी मान करिए सिर तों बहुत तगड़े मैच खिलाए उन्होंने निरपक्ष फैसले किए है। हाँ चिकनाई वाले वीर चिकनाई वाली चीजा ना लगे हम बड़ी मेहरबानी होगी और मेरे वास्ते बड़ा मान बेदे है। बेनती है भी स्टेट वाले पास जो रस्ता है पंजाब पुलिस के कर्मचारी वीरों को भी बेनती की गई है सज्जे हाथ इधरों की साढ़े मुख्य मेहमान मंत्री साहब पुजनगे जिन्हें भी मोटरसाइकिल गड्डिया लगियां सैर से कीतियां जान बड़ी मेहरबानी होगी जिन्हां वीरां दे मोटरसाइकिल जां गड्डियां लगियां है वह सैर से कर दो। जंड कोच नूं बेनती है भी टीम लैके आ जाए जंड कोच नकोदर की टीम लैके ग्राउंड आ जाए जंड कोच साढ़े अवतार सिंह तारा यूके वाले पंजाबी बोलन का वड्डा मान करते हैं बहुत बहुत धन्यवाद है आखिर भी आप रैफरियों का भी मान जरूर करना है क्योंकि इन्होंने भी बहुत बड़े मैच खड़ाए हैं और खेड़ के मैदान सरदार जीवन सिंह जी रैफरियों का भी थोड़ा मान जरूर करना क्योंकि बहुत बड़े मैच खड़ाए हैं निरपक्ष फैसले हुए हैं किसी ने किंतु परंतु नहीं की रैफरी वीर का भी सत्कार करेंगे। सो नकोदर की टीम ग्राउंड आ जाए नकोदर ਭਾਜੀ 2 ਮਿੰਟ ਦਿੱਤੇ ਜਾਂਦੇ ਆ ਨਕੋਦਰ ਨੂੰ ਪਾਣੀ ਗਰਾਊਂਡ ਚ ਪਾਉਂਦਾ ਕਰੋ ਜੀ ਰਾਸਕਿੰਗ ਦੇ ਵਾਸਤੇ ਪਾਣੀ ਜਿਹੜੇ ਵੀ ਦੀ ਡਿਊਟੀ ਲੱਗੀ ਹੈ 2 ਮਿੰਟ ਨਕੋਦਰ ਨੂੰ ਨਹੀਂ ਤਾਂ ਕੈਨਸਲ ਕਰ ਦੇਣੀਆਂ ਵੈਸੇ ਹਰੀ ਸੇ ਇਹਨੇ ਵੀ ਕਾਲੀ ਨਹੀਂ ਕਰਨੀ ਚਾਹੀਦੀ ਜਿੱਥੇ ਸੋ ਤੋਂ ਮੈਚ ਦੇਖੇ ਆ 2 ਮਿੰਟ ਹੋਰ ਲੱਗ ਗਏ ਕੋਈ ਗੱਲ ਟੀਮ ਆ ਰਹੀ ਹੈ ਉਹਨਾਂ ਨੇ ਮੈਚ ਸਲਖਰ ਸਾਹਿਬ ਬਹੁਤ ਤਕੜਾ ਖੇਡਿਆ
और छेती उत्ते गोपी साहब किसी शायर ने गल लिखी सी कि नागर छेती 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 तेनू खाजूगी तेरी कीती छेती तेरे मूहरे आजूगी बसा वाले नू छेती छेती कारा वाले नू व्याह वाले नू छेती छेती बीमारा वाले नू उदो भी हुंदी छेती जो बंदा मरिया हुंदा है केंद्र छेती छेती चक लो हुण कवेला हुंदा है वड्डी कुड़ी नहीं आई उन्हें किवें भुला देंगे सियाने कहते चक के सिवें जलै जो उत्थे मूंह विखा देंगे जिन्हें जीदे जी पानी का कुटनी पुछिया वह मरे के मूंह ते घ्यो भी ला दूगी ना कर छेती छेती ते छेती तेरे मूहरे आ दूगी छेती नहीं करनी चाहिए जिंदगी दे विचे लाइटा वाले भी मैं बेनती है भाई लाइटा मेरी आन कर दे जिहड़े वीर ने लाइटा लाइया वह लाइटा साडा वीर आन कर दे छेती नहीं करनी चाहिए जिंदगी दे विचे सरदार सीतल सिंह जी सरदार ज्ञान सिंह जी बहुत बड़ा मान करते पंजाबी बोलों का बहुत बहुत धन्यवाद है और खेल के मैदान च इस समय माली की टीम बजगी नकोदर के खिलाड़ी जोड़े आ जाना है जल्दी तो जल्दी खेल के मैदान असं भी आखरी का भी जल्दी तो जल्दी आ जाए वैसे जल्दी नहीं करनी चाहिए क्योंकि हनेरा हो चलिया इस करके मजबूर जल्दी शब्द वरतना पै रहा है सो खेल के मैदान नकोदर के खिलाड़ी भी पुज गया है सो बहुत बहुत धन्यवाद है ये नशिया तो रहत माखिर कबड्डी है हाँ साडा वीर कहना भी पंजाब की तरक्की वाली गल बोल दे पर आप नशिया के बाबत ज्यादा बोली दा सरदार ज्ञान सिंह नशिया से ज्यादा गल करी दी है क्योंकि छेवां दरिया नशे ना वगदा है सो नकोदर के खिलाड़ियों आखिरी सदा है लाइटा वाले वीर भी आखिरी सदा भी जिथे लाइटा वाला वीर है उस आवाज सुनता तो लाइटा ऑन कर दे क्योंकि सरदार ज्ञान सिंह जी नशिया ने खा लिया पंजाब नू कि नशिया की मित्रों गल करिए अज हर जवान नशे वाले भजी जाता कोई भंग समैक ते होया पक्का कोई चिट्टे दे फटे है चक्की जाता माड़े ओ लोग जिन्हां सोहनी जवानी नू है नशिया दे विच पा दिता ते कई इदां दे बशर्म भी है देखो जिन्हां मलमल भंग का बूटा है सुका दिता जिन्हां मलमल भंग का बूटा है सुका दिता जिहड़ा हटाए भी नशे तो ना हटे सोनू साडा भी जलाल प्रिय जिथे वास हुंदा होवे स्टेज दे कोल आ जावे सोनू जलाल प्रिय जिथे वास हुंदा होवे नकोदर दे नाल बहुत तगड़ा मैच खेड़ा जाना है पर इस तों बाद च कबड्डी आलपुर क्लबां दा निचोड़ होना है ईस्ट विलेज कबड्डी क्लब लंदन ते शहीद भगत सिंह स्पोर्ट्स क्लब माली ए फाइनल मैच खेड़ा जाना है दोनों टीमों ने 31,000 जित लिया है ते 31-41 की गल होनी है फाइनल मैच विच आर खेल के मैदान च साढ़े पाल सिंह जी फगूड़ा तो तेजेंद्र सिंह कारकर जी कोच सेवावां देणगे थोड़े समय के दरम्यान बहुत ही साढ़े सत्कारयोग श्री विजय सापला साहब MP हुशियारपुर और उन्होंने नाल सरदार अवतार सिंह जी मंड सबका मैंबर जिला परिषद श्री तेजस्वी भारतवाज सबका इंप्रूवमेंट ट्रस्ट फगवाड़ा जो साढ़े को पुजणगे आप सत्कार करांगे उन्होंने सो बंब वीर कहना भी रंगले पंजाब वाली गल सुना दे इधर नकोदर की टीम भी पुज गई है कि गुरुआ पीर ने जिसनू वसाया सी फल होर ही लग गया है बूटा तो चंगा लाया सी माली बूटे दे मैनू लगते शक्की आ देखो किधर नू जांदा पंजाब दे किहदे तरक्की आ कि किधर नू जांदा पंजाब किहदे तरक्की आ चंद्रे नशे दीआं हुण तां इत्थे वगदीआं नहरां ने हर चीज लोकी इत्थे खांदे जहरां ने ते पिंड पिंड च खुल गई आ चिट्टे दी हट्टी आ देखो किधर नू जांदा पंजाब किहदे तरक्की आ किधर नू जांदा पंजाब किहदे तरक्की आ नकोदर की टीम सजे हाथ पिंड वाले पासे मौली है 7 सालों का बच्चा बड़े ना जबान लड़ाउंदा है 12 का होके तो मुंडा वेली खवाउंदा है वेच बापू का किला मुंडे ने गड्डी रखी आ देखो किधर नहीं आता पंजाब कहिंदे तरक्की आ ये सारे लीडर जी एक थाली दे वट्टे ने हुण तां आम ही जनता कोल देसी कट्टे ने बेड़ा जमा करके गया है गल ये भी पक्की आ देखो किधर नहीं आता पंजाब कहिंदे तरक्की आ सच कारा हुंदा है छेती मन नूं पाउंदा नहीं
अमन लोपो वाले नू कुछ लिखना आंदा नहीं पर ना मस्तान दा लेके कलम भी चक्की आ देखो किधर नू जांदा पंजाब केंद्र तरक्की आ उथे बात दिया गल लिखी वीर ने के पुलिस पंचायत समेत मुंडे नू ठाणे तो लेके आंदी ते मापे कहिंदे मुंडा साडा फेर भी लक्की आ हुण देखो किधर नू जांदा पंजाब केंद्र तरक्की आ एसी रंगे पंजाब दीआं गल्लां लापी त्रिकुल दा फाइनल मैच मालीए ते दूसरे पासे नकोदर की टीम के दरम्यान खेड़ा रहना है भी हजार ते 14,000 की टक्कर है इस तो बाद आलोप क्लबां का फाइनल होना है 31 ते 41 की टक्कर है चिड़ी वीर बेनती है भी कली जड़ी वो खेड़ दे मैदान पा दे चिड़ी साडा वीर लाइटा वाले वीर बेनती है भी लाइटा ऑन कर देवे लाइटा वाले वीर मंगा साडा भी टिले बाद बाद धन्यवाद पन्ना साडा वीर सैकटरी साहब सुरक्षा सिंह प्रधान सुखा जी मैंबर पंचायत सुखा किंग सारे का बाद बाद धन्यवाद हरी साडा वीर और हरीसिया अज मां खेड कबड्डी के मैदान च रौनकां लगियां जिहड़े खेडदे आ उन्हां दी बल्ले बल्ले आ कई बाहर बैठ के एवें गोपी सा गप्पा मारदे रहिंदे भी आपां फलाने नूं ढाया सी उदों फलाना खेडदा हुंदा सी उदों आ कुछ मिलदा सी खेडे दा कोई भी नहीं रहा एवें गप्पा गुप्पा मार के टाइम पास कर जांदे आ आर मैदान विच फाइनल मैच है क्योंकि दर्शकीरे को बंदा मोड़ा तो जिल ला के दर्शीतर सिंह जी ज्ञान सिंह जी को बंदा मोड़ा तो जिल ला के कोई पाके बैठे परफ्यूम वधिया कई विल मोटरसाइकिल तेल पा के टाइम पास कर दे कोई चिट्टा पी जांदा कोई भर भर सीटा कई मल मल बुल्ला विच रख दे या जर दे कद नेड़े नहीं ग्राउंड जो आए वो खेडी या कबड्डी कही जाते दिन तकते हैं मिस पूजा टीवी से रात सुपने नीरू बाजवा दे ले जाते दिन तकते हैं मिस पूजा टीवी से रात सुपने नीरू बाजवा दे ले जाते यह हाल है साड़ी अज की जवानी का अज की जनरेशन का जवानों बाजो नशिया तो ज्यादा जरा परहेज टीवी तो करो टीवी खराब करता सारे लाइटा वाले वीर ने बेनती है भी वार बार बेनती की जा रही है लाइटा जगा दो लाइटा ऑन की जान जे सी की ड्यूटी है जो तीन लाइटा नहीं चल रही वो जगा दी जान है सो आज टीवी ने नौजवानों पट दिता है नौजवानों खराब कर दिता टीवी ने मिस पूजा के गाने सुन सुन के नौजवान जो जो हनी सिंह के गाने सुन सुन के उदा के स्टाइल हो गया इन्होंने नौजवानों के हेयर स्टाइल भी इदा दे दिखनी जो हनी सिंह वर्गी है पर जो जो हनी सिंह ने अपने आप में कबड्डी च ढाल लिया वो कबड्डी के वाल आ गया तो तुम भी आ जाओ क्योंकि जो जो हनी सिंह के गीत सुन के कबड्डी नहीं खेड होनी घोड़ा गाड़ी बीड़ी पीने वाले की पता कबड्डी की चीज है ये मेहनत करनी पैंदी है ये मेहनत करनी पैंदी है खुराक खानी पैंदी है लाबा तकड़ा मैच खेड़ा जाना है इधर कबड्डी खेड मैदान शुरू हो जा रही है कि ना तेरी ना मेरी दुनिया ये दुनिया बड़ी चमेला चोर चक्के बने चौधरी गुरु कहावे चेला दुध मलाइया खा गया बाबे ते खाली पिया तबेला पहला तो परहेज नहीं किया हुण मंगदे गजरेला ते मिठा खा के शुगर होगी खाना पिया करेला सब बंदर जे हो लड़ाने ते एक विखा दे केला मौजा लुट मित्रा ए है चलो चली दा मेला मौजा लुट मित्रा ला पहली कबड्डी मारी ए टीम दे वल्लों सामने अमन टिब्बे वाले दी खेड़ दे मैदान च पैंदी होई सामने नकोदर दे चार जाही तैयार बर तैयार ने कि सिखर दुपहरे लुट्टां कर दे मत मारी गई क्यों साडे मुंडियां दी ला इधर आप सामने तक दे भी पहला दफा खेड़ मैदान लव सांदरे वाले ने ला के नंबर अपनी टीम के वास्ते जोड़ दिता है पहले नंबर नकोदर का माली ए ते ईस्ट विलेज दी टीम फाइनल मैच खेडण दे वास्ते आ जाना ईस्ट विलेज ते माली ए का फाइनल मैच खेडा जाना आलपुर क्लबां का लाइटा वाले वीर नूं फिर बेनती भाई लाइटा ऑन कर देवे जिहड़े वीर की ड्यूटी लगी है लाइटा वाला वीर ओ बेनती है भी लाइटा ऑन कर देवे बड़ी मेहरबानी है ला अमृतपाल की कबड्डी उत्ते सामने ईस्ट विलेज कबड्डी क्लब लंदन शहीद भगत सिंह सुबह सलाम माली ए फाइनल मैच खेडण दे वास्ते ए टीमां खेड दे मैदान विच आ जाणा जे कोई करदा होवे तरक्की देख के जांदी दुनिया मच पिंड चीमे दा पुरता लुको कहिंदा गल्लां सच निंदिया हर इक दी करनी लोकां दी ए रीत पुरानी
ਤੇ ਦੁਨੀਆ ਨਹੀਂ ਹੈ ਜਿੱਤੀ ਜਾਣੀ ਲੋਕੋ ਸੱਚ ਇਹ ਕਹਾਣੀ ਲੋਕੋ ਸੱਚ ਇਹ ਕਹਾਣੀ ਫਾਈਨਲ ਮੈਚ ਦੀਆਂ ਦੋਨੋਂ ਟੀਮਾਂ ਈਸਟ ਵਿਲੇਜ ਕਬੱਡੀ ਕਲੱਬ ਲੰਡਨ ਤੇ ਦੂਸਰੇ ਪਾਸੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਮਾਲੀਏ ਗੁਰਦੀਪ ਸਿੰਘ ਦੀਪਾ ਯੂਕੇ ਤਰਮੋਹਨ ਸਿੰਘ ਜੀ ਇਟਲੀ ਵਾਲੇ ਤਰਮੋਹਨ ਸਿੰਘ ਜੀ ਇਟਲੀ ਵਾਲੇ ਪੰਜਾਬੀ ਬੋਲਣ ਦਾ ਵੱਡਾ ਮਾਣ ਕਰਦੇ ਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆਰ ਇਕਬਾਲ ਮਾਲੀ ਵਾਲਾ ਜਿੰਨੇ ਜਫੇ ਲਾਵੇਗਾ ਕਾਕੇ ਵੀਰ ਵੱਲੋਂ ਹਰ ਜਫੇ ਦਾ 100 ਰੁਪਇਆ ਇਮਾਨ ਕਿਧਰ ਆਵੇਗਾ ਤੇ ਆਰ ਇੱਧਰ ਤਰਮੋਹਨ ਸਿੰਘ ਇਟਲੀ ਵਾਲੇ ਵੱਡੇ ਮਾਣ ਕਰਦੇ ਆ ਬਹੁਤ ਬਹੁਤ ਸਤਿਕਾਰ ਉਹਨਾਂ ਦਾ ਮੈਂ ਆਪਣੇ ਵੱਲੋਂ ਵੀ ਕਰਦਾ ਲਗਭਗ 28 ਤਰੀਕ ਤੋਂ ਲੈ ਕੇ 30 ਸਤੰਬਰ ਤੱਕ ਵੱਡੇ ਮਾਣ ਭੇਜਦੇ ਆ ਖਿਡਾਰੀਆਂ ਦੇ ਵਾਸਤੇ ਵੀ ਕਦੀ 500 ਕਦੀ 1000 ਦੀ ਗੱਲ ਔਰ ਕਦੇ ਹਜ਼ਾਰਾਂ ਦੇ ਜਫਿਆਂ ਦੀ ਗੱਲ ਹੋਣੀ ਹੈ ਅਗਲੇ ਮੈਚ ਦੇ ਵਿੱਚ ਪੰਮੇ ਵੀ ਤੱਕੀ ਵੀ ਜਦੋਂ ਗੋ ਗੋ ਖੇਡੇਗਾ ਫਿਰ ਜਫਿਆਂ ਦੀ ਗੱਲ ਹੋਣੀ ਹੈ ਜਦੋਂ ਸੋਖਾ ਖੇਡੇਗਾ ਫਿਰ ਹਰੀਸਾਂ ਗੱਲਾਂ ਹੋਣੀਆਂ ਜਿਹੜੀ ਟੀਮ ਨੇ ਪਹਿਲਾਂ 15 ਹੋਣਗੇ ਉਹ ਟੀਮ ਜੇਤੂ ਹੋਵੇਗੀ ਇੱਧਰ ਪੰਮਾ ਸੈਂਕਰੀ ਸਾਡਾ ਦੀਪਾ ਸਾਬਕਾ ਕਬੱਡੀ ਖਿਡਾਰੀ ਯੂਕੇ ਤੇ ਹਰਪ੍ਰੀਤ ਹੈਪੀ ਯੂਕੇ ਵਾਲਾ ਕਹਿੰਦਾ ਬਈ ਜਿੰਨੇ ਜਫੇ ਲੱਗਣਗੇ ਮਾਲੀ ਦੀ ਟੀਮ ਦੇ ਵੱਲੋਂ ਉਹਨੇ 100-100 ਦਿੱਤੇ ਜਾਣਗੇ ਇਹ ਸਾਡੇ ਵੀ ਹਰਪ੍ਰੀਤ ਹੈਪੀ ਯੂਕੇ ਤੇ ਨਾਲ ਸਾਡਾ ਵੀ ਗੁਰਦੀਪ ਸਿੰਘ ਦੀਪਾ ਯੂਕੇ ਵਾਲਾ ਸਾਬਕਾ ਕਬੱਡੀ ਖਿਡਾਰੀ ਕਹਿੰਦਾ ਵੀ ਜਿੰਨੇ ਜਫੇ ਮਾਲੀ ਦੀ ਟੀਮ ਦੇ ਵੱਲੋਂ ਉਹਨੇ 100 ਦੇਵਾਂਗੇ ਔਰ ਉਧਰ ਜਫਾ ਲੱਗ ਗਿਆ ਇਸ ਵੇਲੇ ਖੇਡ ਦੇ ਮੈਦਾਨ ਵਿੱਚ ਕੰਤਾ ਪਾਸਲੇ ਬਣਦਾ ਲਾ ਤਕੜਾ ਜਫਾ ਤੇ ਨੰਬਰ ਜੋੜ ਗਿਆ ਟੀਮ ਦੇ ਲਈ ਬੰਟੀ ਕਾਰੀ ਸਾਰੀ ਵਾਲਾ ਕਬੱਡੀ ਪਾਉਣ ਦੇ ਲਈ ਇਸ ਵੇਲੇ ਖੇਡ ਦੇ ਮੈਦਾਨ ਵਿੱਚ ਔਰ ਵੱਡੀ ਤਾਦਾਦ ਵਿੱਚ ਦਰਸ਼ਕ ਵੀਰ ਬੈਠੇ ਆ ਸੁਲੱਖਣ ਸੇ ਦਰਸ਼ਕ ਕਿਉਂ ਬੈਠੇ ਆ ਸੋਖੇ ਵੀਰ ਇਹ ਮੈਚ ਫਾਇਲ ਦੇਖਣਾ ਜੇ ਦਰਸ਼ਕਾਂ ਨੇ ਇਹ ਫਾਇਲ ਮੈਚ ਦੀ ਟੱਕਰ ਹੋਣੀ ਹੈ ਜੀਵਨ ਸਿੰਘ ਜੀ ਇਹਨੂੰ ਕਦੇ ਵੀ ਡਾਂਗ ਖੜਕਣੀ ਹੈ ਦੋਨੋਂ ਟੀਮਾਂ ਦੇ ਵਿੱਚ ਇੱਕ ਪਾਸੇ ਈਸਟ ਵਿਲੇਜ ਕਬੱਡੀ ਕਲੱਬ ਲੰਡਨ ਹੋਣੀ ਹੈ ਆ ਦੂਸਰੇ ਪਾਸੇ ਸ਼ਹੀਦ ਭਗਤ ਸਿੰਘ ਸਪੋਰਟਸ ਮਾਲੀ ਦੀ ਟੀਮ ਖੇਡਣੀ ਹੈ ਔਰ ਉਹਦੇ ਸਾਹਮਣੇ ਡਬਲ ਟੱਚ ਹੋ ਗਿਆ ਨੰਬਰ ਨਕੋਦਰ ਦੀ ਟੀਮ ਦਾ ਚੱਲ ਵੀ ਸੋਖੇ ਪਾ ਕਬੱਡੀ ਸੋਖਾ ਬਲਣਾ ਦੀ ਧਰਤੀ ਦਾ ਖੇਡ ਦੇ ਮੈਦਾਨ ਵਿੱਚ ਫਿਰ ਕਬੱਡੀ ਪਾਉਣ ਦੇ ਲਈ ਵਧਿਆ ਹੈ ਤਰਮੋਹਨ ਸਿੰਘ ਜੀ ਇਟਲੀ ਵਾਲੇ ਵੱਡੇ ਮਾਣ ਭੇਜਦੇ ਆ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਔਰ ਮਾਂ ਖੇਡ ਕਬੱਡੀ ਨੂੰ ਵੱਡੀ ਦੇਣ ਹੈ ਹਰ ਸਾਲ ਵੱਡੇ ਸਹਿਯੋਗ ਦਿੰਦੇ ਆ ਤਰਮੋਹਨ ਸਿੰਘ ਜੀ ਇਟਲੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਇੱਧਰ ਕਬੱਡੀ ਉੱਤੇ ਕਾਂ ਜਫਾ ਲਓ ਚਾਰ ਜਾਹੀ ਸੁਰਤਾਜ ਚੈਨ ਘੁੰਮਦੀ ਹੋਈ ਬੱਲੇ ਬੱਲੇ ਕਰਾਉਂਦੇ ਹੋਏ ਔਰ ਸਰਦਾਰ ਜੀਵਨ ਸਿੰਘ ਯੂਕੇ ਵਾਲਿਆਂ ਦਾ ਲੰਬਰਦਾਰ ਸਾਹਿਬ ਉਹਨਾਂ ਵੀ ਬਹੁਤ ਬਹੁਤ ਧੰਨਵਾਦ ਹੈ ਜੀਵਨ ਸਿੰਘ ਯੂਕੇ ਔਰ ਇੱਧਰ ਸੁੱਖਾ ਬੱਲਾਂ ਵਾਲਾ ਨੰਬਰ ਜੋੜ ਗਿਆ ਟੀਮ ਦੇ ਲਈ ਲਾਈਟਾਂ ਵਾਲੇ ਵੀ ਬੇਨਤੀ ਵੀ ਲਾਈਟਾਂ ਆਨ ਕਰ ਦੇਵੇ ਸਾਡੇ ਵੀ ਕੁਲਦੀਪ ਸਿੰਘ ਗਿੱਲ ਕਹਿੰਦੇ ਵੀ ਪੰਜਾਬੀ ਬੋਲਣ ਦਾ ਵੱਡਾ ਮਾਣ ਕੀਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਹੈ ਕੁਲਦੀਪ ਸਿੰਘ ਗਿੱਲ ਜੀ ਜੀਵਨ ਸਿੰਘ ਯੂਕੇ ਉਹਨਾਂ ਦੇ ਨਾਮ ਤੋਂ ਵੱਡਾ ਮਾਣ ਭੇਜਦੇ ਹੋਏ ਔਰ ਇੱਧਰ ਕਬੱਡੀ ਅਮ੍ਰਿਤਪਾਲ ਕਾਰੀ ਸਾਰੀ ਦਾ ਨਾ ਇੱਧਰ ਈਸਟ ਵਿਲੇਜ ਕਬੱਡੀ ਕਲੱਬ ਲੰਡਨ ਦੀ ਟੀਮ ਪੁੱਜ ਗਈ ਹੈ ਤੇ ਬੇਨਤੀ ਕਰਾਂਗਾ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਮਾਲੀ ਦੀ ਟੀਮ ਨੂੰ ਕਿ ਗਰਾਊਂਡ ਵਿੱਚ ਆ ਫਾਈਨਲ ਮੈਚ ਖੇਡਿਆ ਜਾਵੇਗਾ ਆਲ ਆਪਣੇ ਕਬੱਡੀ ਕਲੱਬਾਂ ਦਾ ਸੋ ਟੀਮ ਦੇ ਖਿਡਾਰੀ ਜਿਹੜੇ ਗਰਾਊਂਡ 'ਚ ਜਾ ਰਹੇ ਤੇਂਦਰ ਬਾਈ ਨੰਬਰ ਕਿਹੜੀ ਟੀਮ ਦਾ ਨੰਬਰ ਇੱਧਰ ਦਾ ਨੰਬਰ ਨਕੋਦਰ ਦਾ ਸੀ ਹਰੀਸਿਆਂ ਨੋਟ ਕਰ ਲਾ ਮੇਰਾ ਵੀਰ ਨੰਬਰ ਨਕੋਦਰ ਦਾ ਸੀ ਜੀਤਾ ਯੂਕੇ ਜੀਤਾ ਸਾਡਾ ਵੀਰ ਕਹਿੰਦਾ ਵੀ ਨਕੋਦਰ ਵਾਲੇ ਜਿੰਨੇ ਦੇ ਫੈਲਾਉਣ ਕੇ ਉਹਨੇ 100 ਬੇਬਾ ਯੂਕੇ ਵੀ ਪਵਨ ਯੂਕੇ ਦੀ 100 ਰੁਪਇਆ ਮੇਰੇ ਵਾਸਤੇ ਮਾਣ ਭੇਜਦੇ ਆ ਬਹੁਤ ਬਹੁਤ ਧੰਨਵਾਦ ਪਵਨ ਯੂਕੇ ਜੀ ਦਾ 100 ਰੁਪਇਆ ਮੇਰੇ ਵਾਸਤੇ ਮਾਣ ਭੇਜਦੇ ਆ ਇਕਬਾਲ ਜਿੰਨੇ ਦੇ ਫੇਲ ਆਵੇਗਾ 200 ਰੁਪਇਆ ਕਾਕਾ ਵੀਰ ਕਹਿੰਦਾ ਆਪਣੇ ਵੱਲੋਂ ਹਰਪ੍ਰੀਤ ਯੂਕੇ ਦੀ 100 ਰੁਪਇਆ ਮੇਰੇ ਵਾਸਤੇ ਮਾਣ ਭੇਜਦੇ ਆ ਔਰ ਪਵਨ ਸਾਡਾ ਵੀਰ ਯੂਕੇ ਤੋਂ ਉਹਦੇ ਵੱਲੋਂ ਵੀ 100 ਰੁਪਇਆ ਮਾਣ ਕੀਤਾ ਗਿਆ ਪੰਜਾਬੀ ਬੋਲਣ ਦਾ ਬਹੁਤ ਬਹੁਤ ਧੰਨਵਾਦ ਹੈ ਫਾਈਨਲ ਮੈਚ ਦੀਆਂ ਟੀਮਾਂ ਦੀਆਂ ਈਸਟ ਵਿਲੇਜ ਕਬੱਡੀ ਕਲੱਬ ਲੰਡਨ ਦੀ ਟੀਮ ਪੁੱਜ ਗਈ ਹੈ ਤੇ ਵਿਰੋਧੀ ਟੀਮ ਜਿਹੜੀ ਪਹੁੰਚ ਜਾਵੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਮਾਲੀ ਇਕਬਾਲ ਜਿੰਨੇ ਦੇ ਫੇਲ ਆਵੇਗਾ ਬੇਬਾ ਯੂਕੇ ਵੱਲੋਂ
300 ਹੋਵੇਗਾ, ਕਾਕੇ ਵੱਲੋਂ ਵੀ 300 ਹੋਵੇਗਾ, ਤੇ ਦੀਪੇ ਵੱਲੋਂ ਦੀਪਕ ਕੋਚ ਵੱਲੋਂ 300 ਤੇ ਕੁਲਜੀਤੇ ਵੱਲੋਂ 500, 400 ਦਾ ਦਫਾ ਹੋ ਗਿਆ। ਇਕਬਾਲ ਸਿਆ ਤੇਰੇ ਦਫੇ ਤੇ 400 ਸਰਜੀਤ ਸਿੰਘ ਕਹਿੰਦਾ ਆ ਦੀਪਕ ਕੋਚ ਕਹਿੰਦਾ ਬਈ 1000 ਮੇਰੇ ਵੱਲੋਂ ਵੀ ਲਾ ਦਿਓ। ਹਰਪ੍ਰੀਤ ਹੈਪੀ ਯੂਕੇ ਵੱਡਾ ਮਾਣ ਕਰਦਾ ਵੀਰ ਖੇਡ ਮੇਲੇ ਦਾ 500 ਰੁਪਇਆ ਭੇਜਦਾ, ਬਾਅਦ ਬਾਅਦ ਤੁਹਾਨੂੰ ਹਰਪ੍ਰੀਤ ਹੈਪੀ ਯੂਕੇ ਵਾਲਾ ਸਾਡਾ ਵੀਰ। ਔਰ ਇੱਧਰ ਜਫਾ ਲੱਗ ਗਿਆ, ਜੀਤਾ ਵੀ ਨੋਟ ਕਰ ਲਾ, ਆਹ ਜੀਤਾ ਸਾਡਾ ਵੀਰ ਕਹਿੰਦਾ ਵੀ ਨਕੋਦਰ ਵਾਲੇ ਜਿੰਨੇ ਜਫੇ ਲਾਉਣਗੇ ਉਹਨੇ ਆਪਾਂ 100 ਦੇਵਾਂਗੇ। ਜੀਤਾ ਸਾਡਾ ਵੀਰ 100 ਰੁਪਇਆ ਮਾਣ ਭੇਜਦਾ। ਲਾ ਸਰਦਾਰ ਨਾਨਕ ਸਿੰਘ ਜੀ ਐਲਾਨ ਕਰਦੇ ਆ ਵੀ ਕਾਲਵਾਂ ਦਾ ਭਲਵਾਨ ਜੋ ਲਗਾਤਾਰ 3 ਦਫੇ ਲਾਵੇਗਾ ਤੇ 2100 ਰੁਪਇਆ ਉਹਨਾਂ ਵੱਲੋਂ ਦਿੱਤਾ ਜਾਵੇਗਾ। ਲਗਾਤਾਰ 3 ਦਫੇ ਮੈਚ 3 ਦਫੇ ਜੇ ਲਾ ਦੇਵੇ ਕਾਲਵਾਂ ਦੇ ਭਲਵਾਨ ਦੇ 3 ਦਫਿਆਂ ਤੇ 2100 ਰੁਪਇਆ ਨਾਨਕ ਸਿੰਘ ਜੀ ਦੇਣਗੇ। ਇਕਬਾਲ ਦੇ ਜਫੇ ਤੇ 2000 ਰੁਪਇਆ ਹੋ ਗਿਆ। ਕਾਕਾ ਵੀਰ ਕਹਿੰਦਾ ਵੀ 500 ਸਾਡੇ ਵੱਲੋਂ, ਬੋਬਾ ਵੀਰ ਯੂਕੇ ਵਾਲੇ ਕਹਿੰਦਾ ਵੀ 500 ਸਾਡੇ ਵੱਲੋਂ, ਅਵਤਾਰ ਸਿੰਘ ਤਾਰਾ ਯੂਕੇ ਵੀ ਕਹਿੰਦੇ 200 ਸਾਡੇ ਵੱਲੋਂ ਹੋਵੇਗਾ। ਔਰ ਸਾਡਾ ਵੀਰ ਹੈਪੀ ਯੂਕੇ ਵਾਲਾ ਕਹਿੰਦਾ ਵੀ 200 ਸਾਡੇ ਵੱਲੋਂ ਹੋਰ ਹੋਵੇਗਾ ਜੇ ਜਫਾ ਲਾਵੇਗਾ। ਇਕਬਾਲ ਤੇ ਗੱਲਾਂ ਹੋਣਗੀਆਂ, ਵੱਡੇ ਮੈਚ ਦੇ ਗੱਫੇ ਹੋਣੇ ਆ। ਸੁੱਖੇ ਸਿਆ ਦੀਪਕ ਕੋਚ ਕਹਿੰਦਾ ਵੀ 500 ਸਾਡੇ ਵੱਲੋਂ, 500 ਦਰਸ਼ਕਾਂ ਨੂੰ। ਸੀਤਲ ਸਿੰਘ ਜੀ ਲੰਬਰਦਾਰ ਸਾਹਿਬ ਜੱਗੀ ਦੇ ਵਾਸਤੇ 500 ਰੁਪਇਆ, ਜੱਗੀ ਆਫਰ ਵੀ 500 ਰੁਪਇਆ ਤੇਰੇ ਵਾਸਤੇ ਜੱਗੀ, ਜੱਗੀ ਮਾਰੀ ਸਾਡਾ ਵੀਰ। ਸੀਤਲ ਸਿੰਘ ਜੀ ਲੰਬਰਦਾਰ ਸਾਹਿਬ ਇਕਬਾਲ ਦੇ ਜਫੇ ਤੇ 2000 ਰੁਪਇਆ। ਇਕਬਾਲ ਦਸ ਕਿਤਰਾ ਜਫਾ ਡੀਕਦੇ ਆ। ਆ ਉਧਰ ਨੰਬਰ 1 ਦਾ ਜੱਗੀ ਦੇ ਵਾਸਤੇ 500 ਰੁਪਇਆ ਸਰਦਾਰ ਸੀਤਲ ਸਿੰਘ ਜੀ ਲੰਬਰਦਾਰ ਜੀ। ਹਰਪ੍ਰੀਤ ਸਾਡਾ ਵੀ ਹੈਪੀ ਯੂਕੇ ਵਾਲਾ ਵੱਡਾ ਮਾਣ ਕਰਦਾ ਪੰਜਾਬੀ ਬੋਲਣ ਦਾ, ਧੰਨਵਾਦ। ਔਰ ਪੰਮਾ ਸੈਕਟਰੀ ਸਾਡਾ ਵੀਰ ਉਹਦਾ ਵੀਰ ਹੈ ਹਰਪ੍ਰੀਤ ਹੈਪੀ ਯੂਕੇ ਦੇ ਵਿੱਚ ਲਾਈਵ ਦੇਖ ਰਿਹਾ ਹੈ ਕਬੱਡੀ 305.com ਦੇ ਰਾਹੀਂ। ਔਰ ਇੱਧਰ ਕਬੱਡੀ ਨਕੋਦਰ ਤੇ ਦੂਸਰੇ ਪਾਸੇ ਇਕਬਾਲ ਰਾਣਾ ਸਨੀ ਤੇ ਸੁਖਰਾਜ ਯੂਕੇ ਤੋਂ ਪੰਜਾਬੀ ਬੋਲਣ ਦਾ ਬਹੁਤ ਵੱਡਾ ਮਾਣ ਕਰਦੇ ਆ। ਬਹੁਤ ਬਹੁਤ ਧੰਨਵਾਦ ਬੋਬਾ ਯੂਕੇ ਜੀ, ਪਵਨ ਯੂਕੇ ਜੀ। ਆਸੀਤਰ ਸਿੰਘ ਜੀ ਲੰਬਰਦਾਰ ਹੁਣਾਂ ਨੇ 500 ਰੁਪਇਆ ਮਾਣ ਕੀਤਾ ਜੱਗੀ ਦਾ, ਬਹੁਤ ਬਹੁਤ ਧੰਨਵਾਦ ਹੈ। ਨਾਨਕ ਸਿੰਘ ਜੀ ਹੁਣਾਂ ਨੇ ਐਲਾਨ ਕਰ ਦਿੱਤਾ ਕਾਲਵਾਂ ਦਾ ਭਲਵਾਨ ਜੇ 3 ਦਫੇ ਲਾਵੇਗਾ ਮੈਚ 'ਚ ਤੇ 2100 ਦਿੱਤਾ ਜਾਵੇਗਾ। ਇਕਬਾਲ ਦੇ ਜਫੇ ਤੇ 2000 ਰੁਪਇਆ ਹਰੀਸਾ ਲੱਗ ਗਿਆ, ਇਹ ਨੋਟ ਕਰ ਲੈ। ਇਕਬਾਲ ਦਾ 2500 ਦਾ ਜਫਾ ਇਹ ਐਲਾਨ ਹੋ ਗਿਆ। ਜੀਤਾ ਸਾਡਾ ਵੀ ਕਹਿੰਦਾ ਵੀ ਕੋਦਰ ਦੇ ਜਿੰਨੇ ਜਫੇ ਲਾਣਗੇ ਉਹਨੇ 600 ਦਿੱਤੇ ਰਹਿਣਗੇ। ਇਕਬਾਲ ਤੇ ਥੋੜੀ ਜਿਹੀ ਸੱਟ ਲੱਗੀ ਹੈ, ਨਾਰਮਲ ਕੋਸ਼ਿਸ਼ ਕਰਦਾ ਪਰ ਸਾਹਮਣੇ ਦਿੱਕਤ ਵੀ ਉੱਧਰ ਹਲਕੀ ਸੱਟ ਨਾਰਮਲ ਲੱਗੀ, ਮਾਲਕ ਮਿਹਰ ਕਰੇ। ਇਟਲੀ ਵਾਲੇ ਕਹਿੰਦੇ ਵੀ ਸਾਡੇ ਵੱਲੋਂ ਵੀ 500 ਲਾ ਦਿਓ, ਹੁਣ 2500 ਦਾ ਜਫਾ ਅੰਤਲ ਇਸ ਵੀਰ ਵੱਲੋਂ ਵੀ 500 ਲੱਗ ਗਿਆ, 200 ਰੁਪਇਆ ਸੰਦੀਪ ਵੱਲੋਂ, 2700 ਦਾ ਦਫਾ ਅੰਕਲ। ਜਦੋਂ ਕਬੱਡੀ ਪਾਵੇਗਾ ਆਪਾਂ ਜਿੱਤ ਜ਼ਰੂਰ ਕਰਨਾ। ਕੱਲ ਮੰਡੀ ਅਗਲਿਆਂ ਦੇ ਕਬੱਡੀ ਕੱਪ ਵਿੱਚ ਵਾਸ਼ਿੰਗ ਮਸ਼ੀਨ ਦਾ ਜੇਤੂ ਬਣਿਆ ਅੰਤਲ, ਔਰ ਕਹਿੰਦੇ ਵੀ ਜੰਡ ਕੋਚ ਨੂੰ ਵੱਡਾ ਮਾਣ ਹੈ ਵੀਰ ਉੱਤੇ ਅੰਤਲ। ਔਰ ਮੈਚ ਦੀ ਸਮਾਪਤੀ ਹੋ ਚੁੱਕੀ ਹੈ ਭਾਜੀ, ਨਕੋਦਰ ਜਿੱਤ ਗਿਆ ਨਕੋਦਰ ਸਰਦਾਰਾ ਸਿੰਘ ਜੀ।